ਟਰੈਕਟਰ ਟਰੈਲੀਆਂ ਰਾਹੀਂ ਗੱਡੀਆਂ ਕਾਰਾਂ ਰਾਹੀਂ ਲੈ ਕੇ ਚੰਡੀਗੜ੍ਹ ਆ ਪੜਦੇ ਨੇ ਤੇ 2 ਦਿਨ ਹੋ ਗਏ ਉਸ ਧਰਨੇ ਨੂੰ ਚੰਡੀਗੜ੍ਹ ਦੀਆਂ ਐਨ ਰੋਹਾਂ ਦੇ ਉੱਤੇ ਚੱਲਦੇ ਆ। ਕਾਫੀ ਤੋਂ 12000 ਤੱਕ ਦੀ ਗਿਣਤੀ ਦੱਸੀ ਆ ਰਹੀ ਹੈ ਧਰਨੇ 'ਚ। ਆਉਣ ਵਾਲੀ ਔਰ ਜਾਣ ਵਾਲੀ ਤੇ ਵੀ ਇੰਨਾ ਕੀ ਲੰਬਾ ਕਾਫਲਾ ਤੇ ਦੋ ਦੋ ਤਿੰਨ ਤਿੰਨ ਲਾਈਨਾਂ 'ਚ ਟਰੈਕਟਰ ਟਰੈਲੀ ਖੜੀਆਂ ਨੇ। ਮਤਲਬ ਜੇਕਰ ਇੱਕ ਕਤਾਰ 'ਚ ਟਰੈਕਟਰ ਟਰੈਲੀਆਂ ਖੜਾਉਣੀਆਂ ਹੋਣ। ਦਿੱਲੀ ਕਿਸਾਨ ਅੰਦੋਲਨ ਦੌਰਾਨ ਜਿਹੜੇ ਕਿਸਾਨ ਭਰਾ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਨੂੰ ਸਹੀ ਰੂਪ ਚ ਮੁਆਵਜ਼ਾ ਔਰ ਸਹੀ ਨੌਕਰੀ ਦਾ ਭਰਵਾਂ ਉਸ ਨੂੰ ਲੈ ਕੇ ਪਰਜੋਰ ਮੰਗ ਹੈ ਕਿ ਜਿਹੜੀਆਂ ਫਸਲਾਂ ਤੇ ਐਲਾਨ ਦਿਓ ਉਹ ਫਸਲਾਂ ਐ ਐਮ ਐਸ ਪੀ ਤੇ ਚੱਕੀਆਂ ਕਿਉਂ ਨਹੀਂ ਜਾਂਦੀਆਂ ਤੇ ਜਿਹੜੀਆਂ ਫਸਲਾਂ ਐ ਐਮ ਐਸ ਪੀ ਦੇ ਦਾਇਰੇ ਚ ਨਹੀਂ ਹੈਗੀਆਂ ਉਹਨਾਂ ਨੂੰ ਐਮ ਐਸ ਪੀ ਦਾਇਰੇ ਚ ਸ਼ਾਮਲ ਕਿਉਂ ਨਹੀਂ ਕੀਤਾ ਜਾਂਦਾ ਸਰਕਾਰ ਇਹਦਾ ਹੁਣ ਤੱਕ ਸਹੀ ਹੱਲ ਸਹੀ ਉਪਰਾਲਾ ਕਿਉਂ ਨਹੀਂ ਕਰ ਸਕੀ ਆਇਦਰ ਪੰਜਾਬ ਸਰਕਾਰ ਬਾਇਆ ਕੇਂਦਰ ਸਰਕਾਰ ਪਰਾਲੀ ਵਾਲਾ ਮੁੱਦਾ ਅਹਿਮ ਹੈ ਕਿ ਪੰਜਾਬ ਸਰਕਾਰ ਮੌਜੂਦਾ ਜਿਹੜੀ ਸਰਕਾਰ ਹੈ ਇਹ ਵੀ ਪਹਿਲੀਆਂ ਸਰਕਾਰਾਂ ਮਾਰ ਕਹਿੰਦੀ ਸੀ ਅਸੀਂ ਹੱਲ ਕਰ ਦੇਣਾ ਅਜੇ ਤੱਕ ਇਹਨਾਂ ਨੇ ਹੱਲ ਤਾਂ ਨਹੀਂ ਕੀਤਾ ਪਰਚੇ ਜਰੂਰ ਦਰਜ ਕੀਤੇ ਕੋਈ ਸਾਰੀਆਂ ਮੰਗਾਂ ਦੇ ਨਾਲ ਨਾਲ ਇੱਕ ਮੰਗ ਹੋਰ ਉੱਪਰ ਕੇ ਆ ਰਹੀ ਆ ਕਿ 60 ਸਾਲ ਤੋਂ ਉੱਪਰ ਵਾਲੇ ਕਿਸਾਨਾਂ ਨੂੰ ਕਿਸਾਨ ਪੈਨਸ਼ਨ ਲਈ ਜਾਵੇ। ਕੋ ਜਿਹਦੇ ਨਾਂ ਤੇ ਜ਼ਮੀਨ ਬੋਲਦੀ ਹੋਵੇ ਤੇ ਉਹ 60 ਸਾਲ ਤੋਂ ਉੱਪਰ ਹੋ ਜਵੇ। ਉਸ ਕਿਸਾਨ ਨੂੰ 60 ਸਾਲ ਦੀ ਉਮਰ ਹੋਣ ਤੇ 58 ਸਾਲ ਤੋਂ ਉੱਪਰ ਹੋਣ ਤੇ ਉਸ ਨੂੰ ਵੀ ਕਿਸਾਨ ਪੈਨਸ਼ਨ ਲਈ ਜਾਵੇ। ਸੋ ਇਹ ਵੀ ਇੱਕ ਅਹਿਮ ਮੰਗ ਉੱਭਰ ਕੇ ਆਈ। ਕਿਉਂਕਿ ਪਹਿਲਾਂ ਸਰਕਾਰ ਨੇ ਰਣਨੀਤੀ ਘੜੀ ਸੀ ਕਿ ਤਨਾ ਕਿਤੇ ਕਿ 26 27 28 ਨਵੰਬਰ ਵਾਲਾ ਧਰਨਾ ਲੱਗਣ ਨਹੀਂ ਦੇਣਾ। ਤੁਹਾਡੇ ਮੁਖੰਦਰਿਸਾ ਉਹਦਾ ਟਵੀਟ ਜਿਹੋ ਜਿਹਾ ਆਇਆ ਸੀ ਕਿ 30 ਸੜਕਾਂ ਰੋਕ ਲੈਣੇ ਹੋ ਹੁਣ ਕਿਸਾਨਾਂ ਲਈ ਇਹ ਰਾਹਤ ਵਾਲੀ ਗੱਲ ਹੈ ਕਿ ਸਰਕਾਰ ਨੇ ਰਾਹ ਛੱਡਿਆ ਸਰਕਾਰ ਨੇ ਖੁਦ ਰਾਹ ਦਿੱਤਾ ਕਿ ਆਓ ਭਾਈ ਬੈਠੋ ਅਸੀਂ ਤੁਹਾਡੇ ਲਈ ਪਖਾਨਿਆਂ ਦਾ ਪੀਣ ਵਾਲੇ ਪਾਣੀ ਦਾ ਸਾਰਾ ਪ੍ਰਬੰਧ ਤਾਂ ਟੀਵੀ ਆਨ ਰਾਈ ਦੇ ਦਰਸ਼ਕਾਂ ਲਈ ਮੈਂ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਜਾਣੋ ਅਸਲ ਸੱਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਨੇ ਉਹਨਾਂ ਨੇ ਦਿੱਲੀ ਸਣੇ ਚੰਡੀਗੜ੍ਹ ਪੰਜਾਬ ਸਣੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਰਾਜਸਟਾਨੀਆਂ ਚ ਆਪਣੀ ਸਮਰੱਥਾ ਆਪਣੀ ਤਾਕਤ ਦੇ ਅਨੁਸਾਰ ਪ੍ਰਦਰਸ਼ਨ ਕੀਤੇ ਦੋ ਦਿਨ ਹੋ ਗਏ ਨੇ ਇੱਕ ਦਿਨ ਹੋਰ ਅਜੇ ਹੈਗਾ ਤਿੰਨ ਦਿਨਾਂ ਦਾ ਹੀਰੂਸ ਮਜਾਰਾ ਆਪੋ ਆਪਣੀਆਂ ਸੂਬਿਆਂ ਦੀਆਂ ਸਰਕਾਰਾਂ ਦੇ ਖਿਲਾਫ ਤੇ ਮੁੱਖ ਤੌਰ ਤੇ ਕੇਂਦਰ ਦੇ ਖਿਲਾਫ ਉਸੇ ਲੜੀ 'ਚ ਉਸੇ ਕੜੀ 'ਚ ਪੰਜਾਬ ਦੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ ਹਿੱਸਾ ਜਥੇਬੰਦੀਆਂ ਲਗਭਗ 32 33 ਜਥੇਬੰਦੀਆਂ ਦਾ ਜ਼ਿਕਰ ਆ ਰਿਹਾ ਕਿਉਂ ਜਥੇਬੰਦੀਆਂ ਆਪੋ ਆਪਣੀ ਮੈਂਬਰਾਂ ਨੂੰ ਆਪੋ ਆਪਣੇ ਵਰਕਰਾਂ ਨੂੰ ਆਪੋ ਆਪਣੇ ਖੇਤੇ ਨਾਲ ਸੰਬੰਧਿਤ ਕਿਸਾਨ ਭਰਾਵਾਂ ਨੂੰ ਟਰੈਕਟਰ ਟਰੈਲੀਆਂ ਰਾਹੀਂ ਗੱਡੀਆਂ ਕਾਰਾਂ ਰਾਹੀਂ ਲੈ ਕੇ ਚੰਡੀਗੜ੍ਹ ਆਪੜਦੇ ਨੇ ਤੇ 2 ਦਿਨ ਹੋ ਗਏ ਉਸ ਧਰਨੇ ਨੂੰ ਚੰਡੀਗੜ੍ਹ ਦੀਆਂ ਐਨ ਬਰੂਹਾਂ ਦੇ ਉੱਤੇ ਚੱਲਦੇ ਆ 10 ਤੋਂ 12000 ਤੱਕ ਦੀ ਗਿਣਤੀ ਦੱਸੀ ਆ ਰਹੀ ਹੈ ਇਸ ਧਰਨੇ 'ਚ ਜਥੇਬੰਦੀਆਂ ਦੇ ਆਗੂ ਖੁਦ ਮੌਜੂਦ ਨੇ ਅੱਜ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 554ਵਾਂ ਪ੍ਰਕਾਸ਼ ਪਰਬ ਵੀ ਇਸ ਚੰਡੀਗੜ੍ਹ ਦੀਆਂ ਬਰੂਹਾਂ ਦੇ ਉੱਤੇ ਲੱਗੇ ਧਰਨੇ ਦੇ ਦੌਰਾਨ ਮਨਾਇਆ ਗਿਆ ਹਾਂ ਗੁਰਬਾਣੀ ਦਾ ਉਚਾਰਨ ਹੋਇਆ ਪਾਠ ਹੋਇਆ ਉਸ ਤੋਂ ਬਾਅਦ ਅਰਦਾਸ ਹੋਈ ਹਾਂ ਪਰ ਲੰਗਰ ਵੀ ਵਰਤਾਇਆ ਗਿਆ ਪ੍ਰਸ਼ਾਦ ਵੀ ਵਰਤਾਇਆ ਗਿਆ ਸੋ ਪਹਿਲੀ ਪਾਸ਼ਾਹੀ ਦਾ ਪ੍ਰਕਾਸ਼ ਦਿਹਾੜਾ ਵੀ ਸੰਗਤ ਨੇ ਕਿਸਾਨ ਜਥੇਬੰਦੀਆਂ ਨੇ ਉਸ ਧਰਨੇ 'ਚ ਬਣਾਇਆ ਵੱਡੀ ਇਕੱਤਰਤਾ ਵੱਡਾ ਇਕੱਠ ਹੈ ਟਰੈਕਟਰ ਟਰੈਲੀਆਂ ਖੜੀਆਂ ਨੇ ਜੇਕਰ 10 12 ਕਿਲੋਮੀਟਰ ਦਾ ਦਾਇਰਾ ਦੇਖਿਆ ਜਾਵੇ ਕਿਉਂਕਿ ਦੋਵੇਂ ਸੜਕਾਂ ਦੇ ਉੱਤੇ ਨੇ ਸੋ ਇੱਕ ਪਾਸੇੋਂ ਜੇਕਰ 5 5.5 6 ਕਿਲੋਮੀਟਰ ਤੱਕ ਦਾ ਦਾਇਰਾ ਤੇ ਦੂਸਰੇ ਪਾਸੇ ਵੀ ਲਗਭਗ ਪਰਲੀ ਸੜਕ ਤੇ ਵੀ ਆਉਣ ਵਾਲੀ ਔਰ ਜਾਣ ਵਾਲੀ ਤੇ ਵੀ ਇੰਨਾ ਕੀ ਲੰਬਾ ਕਾਫਲਾ ਤੇ ਦੋ ਦੋ ਤਿੰਨ ਤਿੰਨ ਲਾਈਨਾਂ ਚ ਟਰੈਕਟਰ ਟਰੇਲੀਆਂ ਖੜੀਆਂ ਨੇ ਮਤਲਬ ਜੇਕਰ ਇੱਕ ਕਤਾਰ ਚ ਟਰੈਕਟਰ ਟਰੇਲੀਆਂ ਖੜਾਉਣੀਆਂ ਹੋਣ ਤਾਂ ਇਹ 15 ਤੋਂ 20 ਕਿਲੋਮੀਟਰ ਦਾ ਲੰਬਾ ਕਾਫਲਾ ਬਣਦਾ ਤੇ ਜੇਕਰ ਇਸ ਸੜਕਾਂ ਦੇ ਹਵਾਲੇ ਦੇਖਿਆ ਜਾਵੇ ਤਾਂ ਇਹ 10 ਤੋਂ 12 ਕਿਲੋਮੀਟਰ ਦਾ ਕਾਫਲਾ ਬਣਦਾ ਕਿ ਇੱਕ ਸੜਕ ਤੇ 5 ਕਿਲੋਮੀਟਰ ਤੋਂ ਵੱਧ ਹੈ ਦੂਏ ਤੋਂ ਵੀ 5 ਤੋਂ ਵੱਧ ਹੈ ਸੋ 10 ਤੋਂ 12 ਕਿਲੋਮੀਟਰ ਫਿਰ ਇਹਨਾਂ ਵਿਚਾਲੇ ਸੜਕ ਦੇ ਇੱਕ ਟੈਂਟ ਲਾ ਕੇ ਬਕਾਇਦਾ ਟਰੈਲੀ ਖੜਾ ਕੇ ਸਟੇਜ ਬਣਾਈ ਗਈ ਦੋ ਦਿਨ ਤੋਂ ਉੱਥੇ ਤਕਰੀਰਾਂ ਬਹਿਸ ਚਰਚਾਾਂ ਮੱਖਕ ਮੁਦੇ ਕੇਂਦਰ ਨਾਲ ਸੰਬੰਧਿਤ ਨੇ ਮੱਖਕ ਮੁਦੇ ਤਿੰਨ ਖੇਤੀ ਕਾਨੂੰਨ ਵਾਪਸ ਕਰਾਉਣ ਗਈਆਂ ਜੱਥੇਬੰਦੀਆਂ ਦੀਆਂ ਮੰਗਾਂ ਦੇ ਨਾਲ ਸ਼ਾਮਲ ਹੋਈਆਂ ਹੋਰ ਮੰਗਾਂ ਨੂੰ ਲੈ ਕੇ ਨੇ ਤੇ ਉਸ ਤੋਂ ਬਾਅਦ ਸੂਬਿਆਂ ਨਾਲ ਸੰਬੰਧਿਤ ਆਪੋ ਆਪਣੇ ਸੂਬਿਆਂ ਨਾਲ ਸੰਬੰਧਿਤ ਉਸੇ ਤਰ੍ਹਾਂ ਪੰਜਾਬ ਦੀਆਂ ਜੱਥੇਬੰਦੀਆਂ ਨੇ ਵੀ ਪੰਜਾਬ ਸਰਕਾਰ ਨਾਲ ਸੰਬੰਧਿਤ ਮੁੱਦੇ ਵਿੱਚ ਸ਼ਾਮਲ ਕੀਤੇ ਨੇ ਉਧਰ ਬਿਲਕੁਲ ਨਾਲ ਹੀ ਪੰਚਕੁੱਲੇ ਹਰਿਆਣੇ ਨਾਲ ਸੰਬੰਧਿਤ ਜਥੇਬੰਦੀਆਂ ਆਪਣੇ ਸੂਬੇ ਦੇ ਹਵਾਲੇ ਨਾਲ ਵੀ ਮੰਗਾਂ ਲੈ ਕੇ ਆਈਆਂ ਨੇ ਉੱਥੇ ਵੀ ਗਿਣਤੀ ਕਾਫੀ ਦੱਸੀ ਜਾਂਦੀ ਆ ਇਸ ਜਿਹੜਾ ਚੰਡੀਗੜ੍ਹ ਦੀਆਂ ਬਰੂਹਾਂ ਤੇ ਲੱਗਿਆ ਧਰਨਾ ਉਹਦੇ ਵਿੱਚ ਮੈਂ ਵੀ ਜਾ ਕੇ ਆਇਆ ਚੇਚੇ ਤੌਰ ਤੇ ਉੱਥੇ ਦੀਆਂ ਗਤੀਵਿਧੀਆਂ ਸਾਰਾ ਕੁਝ ਸਮਝਣ ਦੀ ਕੋਸ਼ਿਸ਼ ਕੀਤੀ ਮੁੱਖ ਤੌਰ ਤੇ ਤਾਂ ਜੇਕਰ ਦੇਖਿਆ ਜਾਵੇ ਤਾਂ ਇਹਨਾਂ ਮੰਗਾਂ ਦੇ ਵਿੱਚ ਦਿੱਲੀ ਕਿਸਾਨ ਅੰਦੋਲਨ ਦੌਰਾਨ ਜਿਹੜੇ ਕਿਸਾਨ ਭਰਾ ਸ਼ਹੀਦ ਹੋਏ ਉਨ੍ਹਾਂ ਦੇ ਪਰਿਵਾਰਾਂ ਨੂੰ ਸਹੀ ਰੂਪ ਚ ਮੁਆਵਜ਼ਾ ਔਰ ਸਹੀ ਨੌਕਰੀ ਦਾ ਪ੍ਰਬੰਧ ਉਸ ਨੂੰ ਲੈ ਕੇ ਪੁਰਜ਼ੋਰ ਮੰਗ ਹੈ ਫਿਰ ਇਹਦੇ ਨਾਲ ਹੀ ਐਮਐਸਪੀ ਦਾ ਮਸਲਾ ਕਿ ਜਿਹੜੀਆਂ ਫਸਲਾਂ ਤੇ ਐਲਾਨ ਦਿਓ ਉਹ ਫਸਲਾਂ ਐਮਐਸਪੀ ਤੇ ਚੱਕੀਆਂ ਕਿਉਂ ਨਹੀਂ ਜਾਂਦੀਆਂ ਤੇ ਜਿਹੜੀਆਂ ਫਸਲਾਂ ਐਮਐਸਪੀ ਦੇ ਡਾਇਰੈਕਟ ਨਹੀਂ ਹੈਗੀਆਂ ਉਹਨਾਂ ਨੂੰ ਐਮਐਸਪੀ ਦੇ ਅਧੀਨ ਸ਼ਾਮਲ ਕਿਉਂ ਨਹੀਂ ਕੀਤਾ ਜਾਂਦਾ ਫਸਲ ਬੀਮਾ ਦੇ ਨਾਂ ਦੇ ਉੱਤੇ ਕੰਪਨੀਆਂ ਠੱਗੀ ਮਾਰ ਕੇ ਫਰੌਡ ਕਰਕੇ ਕਿਉਂ ਭੱਜ ਜਾਂਦੀਆਂ ਨੇ ਸਰਕਾਰ ਇਹਦਾ ਹੁਣ ਤੱਕ ਸਹੀ ਹੱਲ ਸਹੀ ਉਪਰਾਲਾ ਕਿਉਂ ਨਹੀਂ ਕਰ ਸਕੀ ਤੇ ਮੁਆਵਜ਼ਾ ਦੇਣ ਲੱਗਿਆਂ ਕਿ ਜੀ ਆ ਮੀਂਹ ਦੀ ਮਾਰ ਪੈ ਗਈ ਆ ਗੜ੍ਹੇ ਦੀ ਮਾਰ ਪੈ ਗਈ ਹੈ ਨਾ ਇਹਦੀ ਅਜੇ ਤੱਕ ਗਰਦੌਰੀ ਦੇ حوالے ਨਾਲ ਇਹ ਮਤਲਬ ਕਿ ਲੋਕਾਂ ਨੂੰ ਕਿਸਾਨਾਂ ਨੂੰ ਭੰਬਲ ਗੁੱਸੇ ਚ ਪਾ ਲਿਆ ਜਾਂਦਾ ਕਿ ਜਦੋਂ ਪੂਰੇ ਪਿੰਡ ਚੇ ਪਾਣੀ ਫਿਰ ਗਿਆ ਸਾਰੇ ਖੇਤਾਂ ਚੇ ਪਾਣੀ ਫਿਰ ਗਿਆ ਫਿਰ ਗਰਦੌਰੀ ਕਰਨਾ ਕਿੰਨਾ ਕੁ ਮੁਸ਼ਕਲ ਹੈ ਪਤਾ ਹੈ ਕਿ ਇਸ ਪਿੰਡ ਦਾ ਰਕਬਾ ਇੰਨਾ ਹੈ ਤੇ ਉਹਦੇ باوجود ਵੀ ਸੋ ਇਸ ਲਈ ਇਸ ਹਵਾਲੇ ਨਾਲ ਵੀ ਕਿ ਮੁਆਵਜ਼ਿਆਂ ਦਾ ਕੀ ਢੰਗ ਤਰੀਕਾ ਹੋਵੇ ਫਿਰ ਇਹਦੇ ਨਾਲ ਨਾਲ ਲਖੀਮਪੁਰ ਖੀਰੀ ਵਾਲੇ ਮਾਮਲੇ ਦੇ ਵਿੱਚ ਕਿ ਉਹਨਾਂ ਪਰਿਵਾਰਾਂ ਦੀ ਬਣਦੀ ਸਾਰ ਸਹੀ ਰੂਪ ਚ ਨਹੀਂ ਲਈ ਗਈ ਤੇ ਉਹਦੇ ਨਾਲ ਨਾਲ ਮਤਲਬ ਕਿ ਜਿਹੜਾ ਮੰਤਰੀ ਸੀਗਾ ਉਹਨੂੰ ਹਟਾਇਆ ਨਹੀਂ ਗਿਆ ਸੋ ਇਹ ਮੰਗਾਂ ਸ਼ਾਮਲ ਨੇ ਇਦਰ ਪੰਜਾਬ ਸਰਕਾਰ ਬਾਯਾ ਕੇਂਦਰ ਸਰਕਾਰ ਪਰਾਲੀ ਵਾਲਾ ਮੁੱਦਾ ਅਹਿਮ ਹੈ ਕਿ ਪੰਜਾਬ ਸਰਕਾਰ ਮੌਜੂਦਾ ਜਿਹੜੀ ਸਰਕਾਰ ਹੈ ਇਹ ਵੀ ਪਹਿਲੀਆਂ ਸਰਕਾਰਾਂ ਮਨ ਕਹਿੰਦੀ ਸੀ ਅਸੀਂ ਹੱਲ ਕਰ ਦੇਣਾ ਅਜੇ ਤੱਕ ਇਹਨਾਂ ਨੇ ਹੱਲ ਤਾਂ ਨਹੀਂ ਕੀਤਾ ਪਰਚੇ ਜ਼ਰੂਰ ਦਰਜ ਕੀਤੇ ਸੋ ਇਸ ਲਈ ਉਹ ਪਰਾਲੀ ਵਾਲਾ ਪਹਿਲੂ ਵੀ ਸ਼ਾਮਲ ਹੈ ਫਿਰ ਜਿਹੜਾ ਮੀਂਹ ਦੀ ਮਾਰ ਕਰ ਨੁਕਸਾਨ ਹੋਇਆ ਉਸ ਨੁਕਸਾਨ ਦੀ ਪਰਪਾਈ ਦਾ ਮਸਲਾ ਵੀ ਸ਼ਾਮਲ ਹੈ ਕਿ ਭਾਈ ਝੋਨਾ ਜਿਹੜਾ ਲੇਟ ਵੀ ਹੋਇਆ ਤੇ ਮੀਂਹ ਦੀ ਮਾਰ ਵੀ ਪਈ ਜਾਂ ਤੋਂ ਪਹਿਲਾਂ ਮੂੰਗੀ ਵਾਲਾ ਮਸਲਾ ਸੀ ਜਾਂ ਉਹ ਤੋਂ ਪਹਿਲਾਂ ਵੀ ਮਤਲਬ ਕਿ ਗਲਾਬੀ ਸੁੰਡੀ ਚਿੱਟੀ ਮੱਖੀ ਵਾਲਾ ਮਸਲਾ ਸੀ ਸੋ ਇਹ ਸਾਰੀਆਂ ਮੰਗਾਂ ਦੇ ਨਾਲ ਨਾਲ ਇੱਕ ਮੰਗ ਹੋਰ ਉੱਪਰ ਕੇ ਆ ਰਹੀ ਆ ਕੀ 60 ਸਾਲ ਤੋਂ ਉੱਪਰ ਵਾਲੇ ਕਿਸਾਨਾਂ ਨੂੰ ਕਿਸਾਨ ਪੈਨਸ਼ਨ ਲਈ ਜਾਵੇ ਸੋ ਜਿਹਦੇ ਨਾਂ ਤੇ ਜ਼ਮੀਨ ਬੋਲਦੀ ਹੋਵੇ ਤੇ ਉਹ 60 ਸਾਲ ਤੋਂ ਉੱਪਰ ਹੋ ਜਵੇ ਉਸ ਕਿਸਾਨ ਨੂੰ 60 ਸਾਲ ਦੀ ਉਮਰ ਹੋਣ ਤੇ 58 ਸਾਲ ਤੋਂ ਉੱਪਰ ਹੋਣ ਤੇ ਉਸ ਨੂੰ ਵੀ ਕਿਸਾਨ ਪੈਨਸ਼ਨ ਲਈ ਜਾਵੇ ਸੋ ਇਹ ਵੀ ਇੱਕ ਅਹਿਮ ਮੰਗ ਉੱਪਰ ਕਿ ਉੱਠੀ ਹੁਣ ਇਹ 2 ਦਿਨ ਤੋਂ ਚੱਲ ਰਹੇ ਕਿਸਾਨ ਧਰਨੇ ਨੇ ਤੀਜੇ ਦਿਨ ਦੇ ਵਿੱਚ ਦਾਖਲ ਹੋ ਜਾਣਾ ਤੇ 26 27 28 ਨਵੰਬਰ ਦਾ ਇਹ ਦਰਨਾ ਕਹਿੰਦੇ ਤਿੰਨ ਦਿਨਾਂ ਬਾਅਦ ਚੁੱਕਿਆ ਜਾਊਗਾ ਪਰ ਇਹਦੇ ਵਿੱਚ ਅਹਿਮ ਸੀ ਕਿ ਰਾਜਪਾਲ ਜੀ ਮਿਲਦੇ ਨੇ ਕਿ ਨਹੀਂ ਜੇ ਰਾਜਪਾਲ ਮਿਲਣੇ ਬੁਲਾ ਲੈਂਦੇ ਨੇ ਗੱਲਬਾਤ ਕਰ ਲੈਂਦੇ ਨੇ ਫੇਰ ਠੀਕ ਹੈ ਨਹੀਂ ਅਸੀਂ ਚੰਡੀਗੜ੍ਹ ਕੰਨੀ ਨੂੰ ਕੋਈ ਚ ਕਰ ਸਕਦੇ ਆ ਨਹੀਂ ਤਾਂ ਫਿਰ ਦਿੱਲੀ ਕੋਈ ਚ ਕਰਨ ਦਾ ਵੀ ਫੈਸਲਾ ਲੈ ਸਕਦੇ ਆ ਦੋ ਦਿਨ ਤਾਂ ਠੀਕ ਠਾਕ ਸ਼ਾਂਤ ਮਹੀ ਲੰਗੇ 28 ਤਰੀਕ ਨੂੰ ਮਿਲਣੀਆਂ ਦਾ ਦੌਰ ਬੈਠਕਾਂ ਦਾ ਦੌਰ ਅਗਲੀ ਰਣਨੀਤੀ ਦਾ ਦੌਰ ਤੇ ਥੋੜਾ ਬਹੁਤ ਤਸਵੀਰਾਂ ਵੀਡੀਓ ਚੈਨਲਾਂ ਦੇ ਲਈ ਫੁਟੇਜ ਦਾ ਪ੍ਰਬੰਧ ਵੀ ਸੋ ਟਕਰਾਅ ਵਾਲੀ ਸਥਿਤੀ ਬਣ ਸਕਦੀ ਆ ਕਿਉਂਕਿ ਪੰਜਾਬ ਵਾਲੇ ਪਾਸਿਓਂ ਜੇਕਰ ਦੇਖੀਏ ਤਾਂ ਪੁਲਿਸ ਦਾ ਜਿਹੋ ਜਿਹਾ ਪ੍ਰਬੰਧ ਹੈ ਔਰ ਜਥੇਬੰਦੀਆਂ ਲਈ ਜਿਸ ਤਰ੍ਹਾਂ ਉਹਨਾਂ ਨੇ ਰਾਹ ਛੱਡਿਆ ਇਹ ਸਾਰੀ ਰਣਨੀਤੀ ਜਿਹੜਾ ਲੁਧਿਆਣਾ ਜਲੰਧਰ ਅਮਰitsar ਦਿੱਲੀ ਉਸ ਹਾਈਵੇ ਦੇ ਉੱਤੇ ਗੰਨਾ ਕਿਸਾਨਾਂ ਦਾ ਧਰਨਾ ਲੱਗਿਆ ਸੀ ਉਸ ਤੇ ਕਿਸਾਨਾਂ ਦੇ ਨਾਲ ਬੈਠਕ ਹੋਈ ਮੁੱਖ ਮੰਤਰੀ ਸਾਹਿਬ ਦੀ ਉਸ ਬੈਠਕ ਦੇ ਦੌਰਾਨ ਹੀ ਕੱਚਾ ਪੱਕਾ ਇਹ ਰੂਪਰੇਖਾ ਬਣ ਗਈ ਸੀ ਉਸ ਤੋਂ ਬਾਅਦ ਉਸ ਨੂੰ ਅਮਲੀ ਜਾਮਾ ਸਰਕਾਰ ਨੇ ਆਪਣੇ ਪੱਧਰ ਤੇ ਪਹਿਨਾਇਆ ਕਿ ਭਾਈ ਜਥੇਬੰਦੀਆਂ ਪ੍ਰਦਰਸ਼ਨ ਕਰਨਾ ਚਾਹੁੰਦੀਆਂ ਇੱਕ ਰੌਡ ਦੇ ਦਿਓ ਇੱਕ ਸੜਕ ਦੇ ਦਿਓ ਉੱਥੇ ਉਹਨਾਂ ਨੂੰ ਥਾਂ ਦੇ ਦਿਓ ਤਾਂ ਕਿ ਇਹ ਨਾ ਹੋਵੇ ਕਿ ਚੰਡੀਗੜ੍ਹ ਦਾ ਹਰ ਸੜਕ ਬੰਦ ਹੋ ਜਵੇ ਕਿਉਂਕਿ ਪਹਿਲਾਂ ਸਰਕਾਰ ਨੇ ਰਣਨੀਤੀ ਘੜੀ ਸੀ ਕਿ ਤਨਾ ਕਿਤੇ ਕਿ 26 27 28 ਨਵੰਬਰ ਵਾਲਾ ਧਰਨਾ ਲੱਗਣ ਨਹੀਂ ਦੇਣਾ ਕਿਉਂਕਿ ਮੁੱਖ ਮੰਤਰੀ ਸਾਹਿਬ ਦਾ ਟਵੀਟ ਜਿਹੋ ਜਿਹਾ ਆਇਆ ਸੀ ਕਿ 30 ਦਿਨ ਸੜਕਾਂ ਰੋਕ ਲੈਣੇ ਹੋ ਐ ਉਹ ਤੋਂ ਬਾਅਦ ਦੂਏ ਦਿਨ ਬੈਠਕ ਕਰਕੇ ਗੰਨੇ ਵਾਲਾ ਮਸਲਾ ਤਾਂ ਨਿਬੇੜ ਲਿਆ ਪਰ ਸਰਕਾਰ ਤਦ ਵੀ ਇਸ ਰਣਨੀਤੀ ਤੇ ਕੰਮ ਕਰ ਰਹੀ ਸੀ ਕਿ ਕਿਸਾਨਾਂ ਨੂੰ ਚੰਡੀਗੜ੍ਹ ਜਾਂ ਮਹਾਲੀ ਚ ਦਾਖਲ ਨਹੀਂ ਹੋਣ ਦੇਣਾ ਤੇ ਇਹਦੇ ਹਵਾਲੇ ਨਾਲ ਪੁਲਿਸ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ ਪਰ ਸਰਕਾਰ ਕੋਲ ਜ਼ਿਲ੍ਹਾ ਪੱਧਰ ਤੇ ਐਸਐਸਪੀ ਉਹ ਡੀਸੀਆਂ ਦੀ ਜੋ ਰਿਪੋਰਟ ਆਈ ਉਹਨਾਂ ਨੇ ਦੱਸਿਆ ਕਿ ਜੀ ਹਰ ਜ਼ਿਲ੍ਹੇ ਚੋਂ ਟਰੈਲੀਆਂ ਤਿਆਰ ਨੇ ਹਰ ਜ਼ਿਲ੍ਹੇ ਚੋਂ ਗੱਡੀਆਂ ਤਿਆਰ ਨੇ ਪਿੰਡਾਂ ਚੋਂ ਕਾਫਲੇ ਆਉਣ ਲਈ ਤਿਆਰ ਨੇ ਚਾਹੇ ਉਹ ਪੱਕਾ ਕੈਡਰ ਹੋਵੇ ਜਥੇਬੰਦੀਆਂ ਦਾ ਵੱਖ ਹੋਈ ਜਥੇਬੰਦੀਆਂ ਦਾ ਸੋ ਇਸ ਲਈ ਕਹਿੰਦੇ ਜੀ ਜਦੋਂ ਨਿਕਲਣਗੇ ਜੇਕਰ ਉਹਨੂੰ ਉਹਨਾਂ ਦੇ ਜ਼ਿਲ੍ਹੇ ਚ ਰੋਕਿਆ ਜਾਂਦਾ ਤਾਂ ਹਰ ਜ਼ਿਲ੍ਹੇ ਚ ਇੱਕ ਜਾਂ ਦੋ ਧਰਨੇ ਲੱਗ ਜਾਣੇ ਸੋ ਇਸ ਲਈ ਇਹ ਨਾ ਹੋਵੇ ਕਿ ਪੂਰੇ ਪੰਜਾਬ ਚ ਧਰਨਿਆਂ ਦੀ ਖਬਰ ਚੱਲਣ ਲੱਗ ਜਵੇ ਕਿ ਉਹਦੇ ਨਾਲ ਉਹ ਚੰਡੀਗੜ੍ਹ ਆਉਣ ਦਿਓ ਇਸ ਨੀਤੀ ਤੇ ਸਰਕਾਰ ਨੇ ਕੰਮ ਕੀਤਾ ਤੇ ਕਹਿੰਦੇ ਜਿਹੜੀ ਮੀਟਿੰਗ ਹੋਈ ਸੀ ਉਸ ਦਿਨ ਗਨਾ ਕਿਸਾਨਾਂ ਨਾਲ ਉਸ ਦੇ ਵਿੱਚ ਉਹਨਾਂ ਨੂੰ ਸੰਕੇਤ ਦਿੱਤਾ ਕਿ ਤੁਹਾਡੇ ਲਈ ਕਰਾ ਦਿੰਨੇ ਆ ਤੁਸੀਂ ਥਾਂ ਫਿਕਸ ਕਰੋ ਉਹ ਸਥਾਨ ਫਿਰ ਤਾਂ ਫਿਕਸ ਹੋਈ ਜਿਹੜੀ ਆ ਟ੍ਰਿਬਿਊਨ ਚੌਂਕ ਤੋਂ 에어ਪੋਰਟ ਰੋਡ ਕੰਨੀ ਨੂੰ ਜਾਂਦੀ ਆ ਉਹ ਮੰਡੀ ਬੋਰਡ ਵਾਲੀ ਸੜਕ ਸਾਰੀ ਉਹ ਸੜਕ ਦੇ ਦਿੱਤੀ ਜਾਵੇ ਪੰਜਾਬ ਦੀ ਤੇ ਚੰਡੀਗੜ੍ਹ ਦੀ ਜਿੱਥੇ ਹੱਦ ਆ ਉੱਥੇ ਚੰਡੀਗੜ੍ਹ ਨੇ ਆਪਣੇ ਬੈਰੀਕਟ ਲਾ ਕੇ 1200 ਪੁਲਿਸ ਮੁਲਾਜ਼ਮ ਲਾਇਆ 1000 ਤੋਂ ਵੱਧ ਪੁਲਿਸ ਮੁਲਾਜ਼ਮ ਲਾਇਆ ਬਾਕੀ ਉਹ ਪਾਣੀ ਵਾਲੇ ਜੇ ਉਹ ਸਾਰਾ ਪ੍ਰਬੰਧ ਕੀਤਾ ਪਰ ਕਿਸਾਨ ਜਥੇਬੰਦੀਆਂ ਨੇ ਬਿਨਾ ਉਹਨਾਂ ਨੂੰ ਕੁਝ ਕਿਹਾ ਜਿੱਥੇ ਆ ਕੇ ਪੰਜਾਬ ਦੀ ਹੱਦ ਮੁਕਦੀ ਸੀ ਉੱਥੇ ਪੈਪਾਂ ਗੱਡ ਕੇ ਟੈਂਟ ਲਾ ਕੇ ਆਪਣੀ ਸਟੇਜ ਲਾ ਲਈ ਸੋ ਇਹ ਇਸ ਲਈ 2 ਦਿਨਾਂ ਦੇ ਵਿੱਚ ਤਾਂ ਇਹ ਜਾਂ ਕੁਝ ਨਹੀਂ ਸੀਗਾ ਕਿਉਂਕਿ ਪੰਜਾਬ ਪੁਲਿਸ ਲਾਂਗਾ ਦੇ ਰਹੀ ਸੀ ਪੰਜਾਬ ਪੁਲਿਸ ਟਰੈਲੀਆਂ ਲਵਾ ਰਹੀ ਸੀ ਪੰਜਾਬ ਪੁਲਿਸ ਆਉਣ ਦੇ ਰਹੀ ਸੀ ਤੇ ਇਹ ਸਰਕਾਰ ਦੀ ਰਣਨੀਤੀ ਤੈ ਸੀ ਸੋ ਇਹ ਇਸ ਲਈ ਇਹ ਵੀ ਚਰਚਾ ਦਿੰਨ ਪਰ ਰਹੀ ਕਿ ਜੀ ਪੰਜਾਬ ਵਾਲੇ ਪਾਸਿਓਂ ਤਾਂ ਫਿਕਸ ਮੈਚ ਹੈ ਹੁਣ ਕਿਸਾਨਾਂ ਲਈ ਇਹ ਰਾਹਤ ਵਾਲੀ ਗੱਲ ਹੈ ਕਿ ਸਰਕਾਰ ਨੇ ਰਾਹ ਛੱਡਿਆ ਸਰਕਾਰ ਨੇ ਖੁਦ ਰਾਹ ਦਿੱਤਾ ਕਿ ਆਓ ਪਾਈ ਬੈਠੋ ਅਸੀਂ ਤੁਹਾਡੇ ਲਈ ਪਖਾਨਿਆਂ ਦਾ ਪੀਣ ਵਾਲੇ ਪਾਣੀ ਦਾ ਸਾਰਾ ਪ੍ਰਬੰਧ ਕਰਕੇ ਦਿੰਨੇ ਆ ਸਰਕਾਰ ਇਸ ਗੱਲੋਂ ਰਾਹਤ 'ਚ ਹੈ ਕਿ ਸ਼ੁਕਰ ਹੈ ਇਕ ਥਾਂ ਆ ਕੇ ਬੈਠ ਕੇ ਨਹੀਂ ਤਾਂ ਸਾਨੂੰ ਸਤੰਗ ਕਰ ਸਕਦੇ ਸੀ ਜਾਂ ਸਾਰੀ ਮਹਾਲੀ ਦੇ ਵਿੱਚ ਹਲਲਾ ਹੋ ਜਾਣੀ ਸੀ ਜਾਂ ਸਾਰੇ ਪੰਜਾਬ 'ਚ ਹੋ ਜਾਣੀ ਸੀ ਇਸ ਲਈ ਇਕ ਥਾਂ ਬੈਠੇ ਨੇ ਠੀਕ ਹੈ ਪਰ ਕੀ ਇਹ ਧਰਨਿਆਂ ਦੀ ਨਵੀਂ ਥਾਂ ਬਣ ਜਾਣੀ ਹੈ ਨਵਾਂ ਅੱਡਾ ਬਣ ਜਾਣਾ ਹੁਣ ਇਹ ਸੜਕ ਇਹ ਵੀ ਇੱਕ ਚਰਚਾ ਪਰ ਇਸ ਦੋਵਾਂ ਪਾਸਿਓਂ ਰਾਹਤ ਵਾਲੀ ਪਾਸਿਓਂ ਕੇ ਜਥੇਬੰਦੀਆਂ ਇਸ ਗੱਲ ਨੂੰ ਰਾਜਨੇਕੀ ਸਰਕਾਰ ਨੇ ਰਾਹ ਛੱਡਤਾ ਜਿਹੜੀ ਕਹਿੰਦੀ ਸੀ ਐ ਸੜਕਾਂ ਦੀ ਰੋਕ ਸਕਦੇ ਸਰਕਾਰ ਕਹਿੰਦੀ ਸ਼ੁਕਰ ਹੈ ਕਿ ਹਾਂ ਸਹਿਮਤੀ ਨਾਲ ਇਕੱਠਾ ਬੈਠ ਕੇ ਪਰ ਇਹ ਸਾਰਿਆਂ ਦੇ ਵਿਚਾਲੇ মিডিਆ 'ਚ ਵੀ ਔਰ ਸਿਆਸੀ ਗਲਿਆਰਿਆਂ 'ਚ ਵੀ ਰਾਜਨੀਤਿਕ ਪਾਰਟੀਆਂ 'ਚ ਵੀ ਚਰਚਾ ਕਿ ਚਲੋ ਜੀ ਸਰਕਾਰ ਫਿਕਸ ਮੈਚ ਖੇਡਣ ਲੱਗ ਗਈ ਕਿ ਆਜੋ ਤੁਸੀਂ ਆਪਣਾ ਧਰਨਾ ਲਾਜੋ ਹਾਂ ਥੋੜਾ ਜਿਹਾ ਸਾਨੂੰ ਕੁਝ ਕਹਿਣਾ ਕਹਿ ਲਿਓ ਬਾਕੀ ਸਰਕਾਰ ਤਾਂ ਇਹ ਪ੍ਰਚਾਰ ਕਰਨ ਚ ਲੱਗੀ ਹੈ ਮਾਨ ਸਰਕਾਰ ਕਿ ਜੀ ਇਹ ਤਾਂ ਕੇਂਦਰ ਖਿਲਾਫ ਧਰਨਾ ਹੈ ਸੂਏ ਇਸ ਲਈ ਜੱਥੇਬੰਦੀ ਦੇ ਲੀਡਰ ਉੱਥੇ ਬਾਰ ਬਾਰ ਇਹ ਸਪਸ਼ਟ ਕਰਦੇ ਸੀ ਕਿ ਕੱਲਾ ਕੇਂਦਰ ਖਿਲਾਫ ਧਰਨਾ ਨਹੀਂ ਇਹ ਸੂਬਾ ਸਰਕਾਰ ਖਿਲਾਫ ਵੀ ਹੈ ਕੇਂਦਰ ਖਿਲਾਫ ਖਲਾਫ ਵੀ ਹੈ ਸੋ ਇਹ ਇਸ ਲਈ ਪੰਜਾਬ ਸਰਕਾਰ ਵੀ ਜਿਹਨਾਂ ਮਸਲਿਆਂ ਦੇ ਉੱਤੇ ਪਿੱਛਾਂ ਹਟ ਰਹੀ ਆ ਜਾਂ ਝੂਠ ਬੋਲ ਰਹੀ ਆ ਜਾਂ ਕਿਸਾਨਾਂ ਨੂੰ ਲਾਰੇ ਲਾ ਰਹੀ ਆ ਉਸ ਮਸਲੇ ਤੇ ਵੀ ਔਰ ਕੇਂਦਰ ਜਿਹੜੇ ਮਸਲੇ ਲਟਕਾਉਂਦਾ ਆਇਆ ਚਾਹੇ ਪਰਚੇ ਵਾਲੇ ਮਸਲੇ ਹੋਣ ਚਾਹੇ ਉਪਰਾਲੀ ਵਾਲੇ ਮਸਲੇ ਹੋਣ ਚਾਹੇ ਮੁਆਵਜ਼ਿਆਂ ਵਾਲੇ ਮਸਲੇ ਹੋਣ ਐ ਚਾਹੇ ਪਰਿਵਾਰਾਂ ਦੀ ਨੌਕਰੀ ਵਾਲੇ ਮਸਲੇ ਹੋਣ ਚਾਹੇ ਐਮਐਸਪੀ ਨਾਲ ਸੰਬੰਧਤ ਫਸਲਾਂ ਦੇ ਭਾਅ ਨਾਲ ਸੰਬੰਧਤ ਮਸਲੇ ਹੋਣ ਉਹਨਾਂ ਸਾਰੇ ਮਸਲਿਆਂ ਦੇ ਉੱਤੇ ਇਹ ਤਰਨਾ ਹੈ ਤੇ ਤੀਸਰਾ ਦਿਨ ਚੰਡੀਗੜ੍ਹ ਲਈ ਵੀ ਪੰਜਾਬ ਲਈ ਵੀ ਔਰ ਕਿਸਾਨ ਜਿੱਥੇ ਹੁੰਦੀਆਂ ਲਈ ਵੀ ਇਸ ਗੱਲੋਂ ਫਿਕਰਮੰਦੀ ਹੋ ਸਕਦਾ ਕਿ ਜੇਕਰ ਰਾਜਪਾਲ ਵੀ ਨਹੀਂ ਮਿਲਦੇ ਜੇਕਰ ਕੋਈ ਸਰਕਾਰ ਵੀ ਮੈਮੋਰੈਂਡਮ ਨਹੀਂ ਲੈਂਦੀ ਤੇ ਉਧਰ ਇਹ ਕਿਸਾਨ ਤੈਅ ਕਰਦੇ ਆ ਕਿ ਥੋੜਾ ਜਿਹਾ ਅੱਗੇ ਵਧਣਾ ਤਾਂ ਫਿਰ ਟਕਰਾਅ ਵਾਲੀ ਸਥਿਤੀ ਹੋ ਸਕਦੀ ਹੈ ਕਿ ਸਾਨਾਂ ਦੀ ਗਿਣਤੀ ਕੱਲ ਨੂੰ ਆਖਰੀ ਦਿਨ ਹੋਰ ਵਧਣ ਦੀ ਉਮੀਦ ਹੈ ਜਿਹੜੀ ਅੱਜ 10 ਤੋਂ 12000 ਤੋਂ ਵੱਧ ਦੱਸੀ ਜਾ ਰਹੀ ਹੈ ਸੋ ਇਸ ਦੀ ਗਿਣਤੀ ਕੱਲ ਨੂੰ ਵੱਧ ਕੇ 15 ਤੋਂ 20000 ਤੱਕ ਵੀ ਜਾ ਸਕਦੀ ਹੈ ਸੋ ਇੱਕ ਵੱਡਾ ਇਕੱਠ ਤੇ ਮੀਡੀਆ ਦੇ ਹਵਾਲੇ ਨਾਲ ਇੱਕ ਵਾਰ ਫਿਰ ਸਿੰਘੂ ਵਰਗੀ ਸਥਿਤੀ ਸੋ ਸਥਿਤੀ ਉਥੇ ਦੇਖਣ ਨੂੰ ਮਿਲੀ ਸੋ ਚੰਗਾ ਇਕੱਠ ਹੈ ਚੰਗੀ ਗਿਣਤੀ ਹੈ ਔਰ ਸਮੂਹ ਮਸਲੇ ਸਾਰੀਆਂ ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਿਤ ਜਥੇਬੰਦੀਆਂ ਵੱਲੋਂ ਸਾਂਝੇ ਮਸਲੇ ਇਸ ਮੰਚ ਤੇ ਰੱਖੇਗੇ ਬੇਸ਼ੱਕ ਇਹਦੇ ਵਿੱਚ ਰਾਜੇ ਵਾਲਹੋਰੀ ਖੁੱਤਾ ਨਹੀਂ ਪਹੁੰਚੇ ਕਿਉਂਕਿ ਉਹ ਬਾਹਰ ਨੇ ਕਹਿੰਦੇ ਪਰ ਉਹਨਾਂ ਦਾ ਉਹਨਾਂ ਨਾਲ ਸੰਬੰਧਤ ਜਿਹੜੀਆਂ ਉਹਨਾਂ ਦੀ ਖੁੱਦੀ ਜਥੇਬੰਦੀ ਤੇ ਉਹਨਾਂ ਨਾਲ ਸੰਬੰਧਤ ਚਾਰ ਹੋਰ ਪੰਜ ਜਥੇਬੰਦੀਆਂ ਜਿਹੜੇ ਨੁਮਾਇੰਦੇ ਨੇ ਉਹ ਨੁਮਾਇੰਦੇ ਵੀ ਆਏ ਤੇ ਉਹਨਾਂ ਨਾਲ ਵਰਕਰ ਵੀ ਇੱਥੋਂ ਤੱਕ ਕਿ ਰਾਜਾ ਵਾਲਹੋਰਾ ਦੇ ਪੁੱਤਰ ਵੀ ਪੂਰਾ ਕਾਫਲਾ ਨਾਲ ਲੈ ਕੇ ਪਹੁੰਚੇ ਸੋ ਉਧਰ ਦੂਸਰੇ ਪਾਸੇ ਡੱਲੇ ਵਾਲ ਤੇ ਉਹਨਾਂ ਦੇ ਨਾਲ ਸਹਿਯੋਗੀ ਜਥੇਬੰਦੀਆਂ ਇਸ ਵਿੱਚ ਨਹੀਂ ਆਈਆਂ ਕਿਉਂਕਿ ਉਹ ਕਹਿੰਦੇ ਅਸੀਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕਾਂ ਇਹ ਰਾਜਨੀਤਿਕਲੇ ਨੇ ਸੋ ਇਸ ਲਈ ਉਹ ਇਹਦੇ ਵਿੱਚ ਸ਼ਾਮਲ ਨਹੀਂ ਹੈ ਹਾਂ ਪਰ ਤਾਂ ਵੀ ਜਿਹੜੀਆਂ ਬਾਕੀ ਜਥੇਬੰਦੀਆਂ ਸੀ ਸਾਰੀਆਂ ਹਾਂ ਚਾਹੇ ਉਹ ਰੋਲਦੂ ਸਿੰਘ ਮਾਨਸਾਲੀ ਹੋਵੇ ਚਾਹੇ ਲੋਖਾਲ ਸਾਹ ਵਾਲੀ ਹੋਵੇ ਹਾਂ ਚਾਹੇ ਉਹ ਬੁਰਜਗਿੱਲ ਵਾਲੀ ਹੋਵੇ ਚਾਹੇ ਉਹ ਕ੍ਰਾਂਤੀਕਾਰੀ ਕਾਦੀਆਂ ਵਾਲੀ ਹੋਵੇ ਜਾਂ ਹੋਰ ਸਾਰੀਆਂ ਜਥੇਬੰਦੀਆਂ ਉਹ ਸਾਰੀਆਂ ਜਥੇਬੰਦੀਆਂ ਇਸ ਦਾ ਹਿੱਸਾ ਨੇ ਸੋ ਚਲੋ ਇਹ ਹੁਣ ਕੀ ਕੋਈ ਮਸਲਾ ਹੱਲ ਹੋ ਕੇ ਜਾਊਗਾ ਜਾਂ ਇਹ ਮੋਬਰੈਂਡਮ ਤੱਕ ਸੀਮਤ ਰਹੂਗਾ ਜਾਂ ਇਹ ਇਥੇ ਇਹ ਵੀ ਡਰ ਹੈ ਪ੍ਰਸ਼ਾਸਨ ਨੂੰ ਪੁਲਿਸ ਨੂੰ ਚੰਡੀਗੜ੍ਹ ਨੂੰ ਕਿ ਕਿਤੇ ਇਹ ਦਰਨਾ ਅੱਗੇ ਨਾ ਵਧਾਰੇ ਜਦੋਂ ਕਿ ਜਿੰਨੀ ਕਿ ਜਾਣਕਾਰੀ ਸਾਡੇ ਕੋਲ ਆ ਫਿਲਹਾਲ ਇਹ ਧਰਨਾ 3 ਦਿਨ ਦਾ ਹੀ ਰਹੇਗਾ ਚੇਤਾਵਨੀਆਂ ਤੋਂ ਬਾਅਦ ਇਹ ਧਰਨਾ ਮੁਲਤਵੀ ਹੋ ਜਾਏਗਾ ਫਿਰ ਅਗਲੀ ਰਣਨੀਤੀ ਤੈਅਤ ਕੋਈ ਅਗਲਾ ਕਾਲ ਦੇ ਕੇ ਫਿਰ ਧਰਨਾ ਲਾਉਣ ਦੀ ਤਿਆਰੀ ਹੋਊਗੀ ਤਾਂ ਕਿ ਫਿਰ ਮੰਗਾ ਮੰਨਵਾ ਕੇ ਉੱਠੀਏ ਉਸ ਗਲਤੀ ਵੀ ਰਣਨੀਤੀ ਘੜੀ ਜਾ ਰਹੀ ਆ ਫਿਲਹਾਲ ਕਿਸਾਨ ਕਹਿੰਦੇ ਕਿ ਅਸੀਂ ਆਪਣੀਆਂ ਮੰਗਾ ਮਨਾਉਣਾ ਆ ਸਰਕਾਰ ਨੂੰ ਜਗਾਉਣਾ ਆ ਹਲੂਣਾ ਦੇਣਾ ਆ ਦੱਸਣਾ ਆ ਕਿ ਭਾਈ ਭੁੱਲੋ ਨਾ ਸਾਡੀਆਂ ਮੰਗਾ ਨੇ ਅੱਜ ਅਸੀਂ 3 ਦਿਨਾਂ ਲਈ ਆਏ ਆ ਫਿਰ ਅਸੀਂ 3 ਮਹੀਨਿਆਂ ਲਈ ਵੀ ਆ ਸਕਦੇ ਹਾਂ ਪਰ ਕਿਸਾਨ ਜਿਹੜੇ ਆ ਜਨਟ੍ਰੇਲੀਆ ਲੈ ਕੇ ਆਉਂਦੇ ਰਾਸ਼ਮ ਸਾਡੇ ਕੋਲ 2 ਮਹੀਨੇ ਦਾ ਇਹ ਜੱਥੇਬੰਦੀਆਂ ਕਹਿੰਣਗੇ ਇੱਥੇ ਪੱਕੇ ਬਹਿ ਜੋ ਇੱਥੇ ਬਹਿ ਜਾਗੇ ਜਾਂ ਦਿੱਲੀ ਜਾਣਾ ਦਿੱਲੀ ਚੱਲ ਜਾਗੇ ਕਿਉਂਕਿ ਹੁਣ ਸਾਨੂੰ ਸਮਝ ਆ ਗਈ ਕਿ ਅੰਦੋਲਨ ਚ ਪਹਿਲੇ ਦਿਨੇ ਇਸ ਤਰ੍ਹਾਂ ਲੱਗਿਆ ਸੀ ਜਿਵੇਂ ਸਾਰਾ ਕੁਝ ਪੂਰਾ ਤਿਆਰੀ ਨਾਲ ਹੋਵੇ ਸੋ ਇਸ ਲਈ ਕਿਤੇ ਕੋਈ ਦਿੱਕਤ ਨਹੀਂ ਉਹੀ ਜੀ ਆਈ ਹਾਂ ਤੇ ਪਰ ਦੂਸਰੇ ਪਾਸੇ ਇਹ ਚਰਚਾ ਜੰਮ ਗਿਆ ਕਿ ਜਨਾਬ ਗੱਲ ਇੱਕ ਕਰਜ਼ੇ ਵਾਲੇ ਹਵਾਲੇ ਨਾਲ ਵੀ ਕਰ ਲੈਂਦੇ ਆ ਕਰਜ਼ਾ ਕਹਿੰਦੇ ਜੀ ਪੰਜਾਬ ਸੁਪਾ ਬਹੁਤ ਕਰਜ਼ਈ ਆ ਪੰਜਾਬ ਸੂਬੇ ਦੇ ਸਿਰ ਕਰਜ਼ਾ ਬਹੁਤ ਆ ਤੇ ਇਸ ਕਰਜ਼ੇ ਚ ਵੱਦਾ ਆਏ ਦਿਨ ਹੋਈ ਜਾਂਦਾ ਕਿਉਂਕਿ ਮੌਜੂਦਾ ਸਰਕਾਰ ਵੀ ਹਰ ਮਹੀਨੇ 3000 ਤੋਂ 3500 ਕਰੋੜ ਤੱਕ ਦਾ ਕਰਜ਼ਾ ਚੁੱਕੀ ਜਾਂਦੀ ਆ ਪਰ ਮੈਂ ਜਿਸ ਕਰਜ਼ੇ ਦੀ ਅੱਜ ਗੱਲ ਕਰਨ ਲੱਗਾ ਇਹ ਕਰਜ਼ਾ ਇੱਕ ਹੋਰ ਪਹਿਲੂ ਤੋਂ ਪੰਜਾਬ ਨੂੰ ਪੰਜਾਬੀਆਂ ਨੂੰ ਫਿਕਰਮੰਦੀ ਚ ਪਾਉਂਦਾ ਇਹ ਹੈ ਪਰਸਨਲ ਲੋਨ ਪਰਸਨਲ ਲੋਨ ਮਤਲਬ ਮੈਨੂੰ ਕਰਜ਼ੇ ਦੀ ਲੋੜ ਹੈ ਜਾਂ ਨਹੀਂ ਪਰ ਕੰਪਨੀਆਂ ਮੇਰੇ ਫੋਨ ਤੇ ਹਾਂ ਮੇਰੇ ਸੋਸ਼ਲ ਸਾਈਟ ਤੇ ਮੇਰੇ ਕੋਲ ਇੰਨੀਆਂ ਸਕੀਮਾਂ ਭੇਜਦੀਆਂ ਕਿ ਜੀ ਕੋਈ ਕਾਗਜ਼ ਦੀ ਲੋੜ ਨਹੀਂ ਕੋਈ ਹਾਂ ਕਿਸੇ ਜ਼ਮੀਨ ਜਾਇਦਾਦ ਦੇ ਕਾਗਜ਼ਾਂ ਦੀ ਲੋੜ ਨਹੀਂ ਕੋਈ ਆਧਾਰ ਕਾਰਡ ਪੈਨ ਕਾਰਡ ਦੀ ਲੋੜ ਨਹੀਂ ਤੁਹਾਡਾ ਰਜਿਸਟਰਡ ਫੋਨ ਨੰਬਰ ਹੈ ਤੁਹਾਡਾ ਖਾਤਾ ਸਾਡੇ ਕੋਲ ਹੈ ਸਾਡੇ ਬੈਂਕ ਚ ਆਓ ਜਾਂ ਨਾ ਆਓ ਇੱਕ ਫੋਨ ਤੇ ਮਿਸਕਾਲ ਦਿਓ ਤਿੰਨ ਘੰਟਿਆਂ ਚ ਇੰਨੇ ਪੈਸੇ ਤੁਹਾਡੇ ਖਾਤੇ ਚ ਵੈਸੇ ਤਾਂ ਇਸ ਨਾਂ ਦੇ ਉੱਤੇ ਕਈ ਵਾਰ ਠੱਗੀਆਂ ਵੀ ਲੱਗ ਜਾਂਦੀਆਂ ਉਤੋਂ ਵੀ ਬਚਣ ਦੀ ਲੋੜ ਪਰ ਇੱਕ ਪਰਸਨ ਲੋਨ ਦਾ ਫਾਰਮੂਲਾ ਇਹ ਆ ਕਿ ਬੈਂਕ ਵਾਲੇ ਦੇਖਦੇ ਆ ਕਿ ਜੇਕਰ ਤੁਸੀਂ ਮੁਲਾਜ਼ਮ ਹੋ ਪ੍ਰਾਈਵੇਟ ਜਾਂ ਸਰਕਾਰੀ ਕਿਸੇ ਵੀ ادارے ਨਾਲ ਸੰਬੰਧਿਤ ਤੇ ਤੁਹਾਡੇ ਖਾਤੇ 'ਚ ਹਰ ਮਹੀਨੇ ਇੱਕ ਫਿਕਸ ਜੀ ਆਮਦਨ ਆਉਂਦੀ ਆ ਤਾਂ ਤੁਸੀਂ ਭਾਈ ਪਰਸਨਲ ਲੋਨ ਦੇ ਹੱਕਦਾਰ ਹੋ ਜਾਂ ਕਿਸੇ ਹੋਰ ਕਿਤੇ ਰਾਈ ਕਿਤੇ ਰਾਈ bizness ਰਾਈ ਤੁਹਾਡੀ ਆਮਦਨ ਹਰ ਮਹੀਨੇ ਘਟਦੀ ਵਾਧੀ ਵੀ ਖਾਤੇ ਚ ਆਉਂਦੀ ਆ ਪਰ ਉਹ ਸਾਲ ਦੀ ਕੁੱਲ ਆਮਦਨ ਦਾ ਇੱਕ ਆਸਤ ਕੱਢ ਲੈਂਦੇ ਨੇ ਕਿ ਹਰ ਮਹੀਨੇ ਦੀ ਇੰਨੀ ਕ ਬਣਦੀ ਆ ਤੇ ਉਹਨੂੰ 10 ਗੁਣਾ ਕਰਕੇ ਕਹਿੰਦੇ ਜੀ ਐਨੇ ਲੱਖ ਤੋ ਤੀ ਲੋਨ ਲੈਣ ਦੇ ਆਕਰ ਮਤਲਬ ਆਪਾਂ ਸਧਾਰਨ ਫਾਰਮੂਲਾ ਲਾਈਏ ਕਿ ਜੇਕਰ ਤੁਹਾਡੇ ਖਾਤੇ ਸ਼ਰਮੀ ਨੇ 30000 ਰੁਪਿਆ ਵੀ ਆ ਰਿਹਾ ਤਾਂ ਉਹ 30000 ਗੁਣਾ 10 ਕਰਦੇ ਨੇ 3 ਲੱਖ ਦਾ ਚੱਕੋ ਜੀ ਲੋਨ ਬਿਨਾ ਕਿਸੇ ਕਾਗਜ਼ ਪੱਤਰ ਤੇ ਇੱਥੇ ਆਪਣੇ ਲੋਕਾਂ ਦੀ ਆਦਤ ਕੀ ਆ ਕਿ ਲਾ ਮਿਲਦਾ ਨਾ ਕੋਈ ਕਾਗਜ਼ ਲੋੜ ਨਾ ਕਿਤੇ ਦਸਤਕਾਂ ਦੀ ਲੋੜ ਨਾ ਕੋਈ ਗਰੰਟੀ ਦੇਣੀ ਨਾ ਘਰ ਦੇ ਕਾਗਜ਼ ਦੇਣੇ ਨਾ ਜ਼ਮੀਨ ਦੇ ਕਾਗਜ਼ ਦੇਣੇ ਨਾ ਫਰਦ ਦੇਣੀ ਨਾ ਕੁਸ ਲੈ ਲੋ ਤੇ ਆਰਬੀਆਈ ਵੀ ਇਸ ਗੱਲ ਤੋਂ ਫਿਕਰਮੰਦੀ ਚਾ ਕਿ ਅੱਜ ਦੇਸ਼ ਦੇ ਅੰਦਰ ਪਰਸਨਲ ਲੋਨ ਲੈਣ ਵਾਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਆ। ਔਰ ਇਸ ਵੱਧ ਰਹੀ ਗਿਣਤੀ 'ਚ ਪੰਜਾਬ ਮੋਰੀ ਸੁਬਾ। ਦੇਸ਼ ਦੇ ਸੁਬਿਆਂ ਦੇ ਵਿੱਚ ਦੂਸਰੇ ਨੰਬਰ ਤੇ ਪੰਜਾਬ ਹੈ ਜਿਹੜਾ ਪਰਸਨਲ ਲੋਨ ਲੈਣ 'ਚ ਮੋਰੀ ਹੈ। ਬਿਹਾਰ ਤੋਂ ਬਾਅਦ ਜੇਕਰ ਕੋਈ ਸੁਬਾ ਹੈਗਾ ਜਿਹਨੇ ਸਭ ਤੋਂ ਵੱਧ ਪਰਸਨਲ ਲੋਨ ਲਿਆ ਤਾਂ ਉਹ ਪੰਜਾਬ ਹੈ। ਹੁਣ ਆਰਬੀਆਈ ਨੂੰ ਇਸ ਗੱਲ ਦਾ ਫਿਕਰ ਹੈ। ਕਿ ਬੈਂਕ ਆਪਣਾ ਰਿਕਾਰਡ ਬਣਾਉਣ ਦੇ ਚੱਕਰ ਚ ਗਾਹਕ ਬਣਾਉਣ ਦੇ ਚੱਕਰ ਚ ਪਰਸਨਲ ਲੋਨ ਦੇਈ ਜਾਂਦੇ ਨੇ ਤਿਆਰ ਬਈ ਕਹਿੰਦਾ ਕਿ ਇਸ ਪਰਸਨਲ ਲੋਨਸ ਦੇ ਨਾਲ ਡਿਫਾਲਟਰਾਂ ਦੀ ਗਿਣਤੀ ਵਧਣੀ ਆ ਤੇ ਡਿਫਾਲਟਰਾਂ ਦੀ ਗਿਣਤੀ ਵਧਣ ਦਾ ਮਤਲਬ ਬੈਂਕਾਂ ਦਾ ਕੰਮ ਡਗ ਮਗਾ ਜਾਣਾ ਪਰ ਮੈਂ ਤਾਂ ਇੱਕ ਬੱਖਰੇ ਪਹਿਲੂ ਨੂੰ ਧਿਆਨ ਚ ਰੱਖ ਕੇ ਗੱਲ ਕਰਨਾ ਚਾਹੁੰਦਾ ਪਰਸਨਲ ਲੋਨ ਦੀ ਦਰ ਸਾਡੀ ਆਮਦਨ ਵਧਣ ਦੀ ਦਰ ਨਾਲੋਂ ਕਿਤੇ ਜ਼ਿਆਦਾ ਵੱਧ ਰਹੀ ਹੈ ਇਹ ਅੰਕੜੇ ਗਵਾਹੀ ਭਰਦੇ ਆ ਜੀ ਬਿਹਾਰ ਸੂਬਾ ਉਹਦੀ ਆਮਦਨ ਵਧਦੀ ਆ ਆਮਦਨ ਵਧਨ ਦੀ ਜਿਹੜੀ ਦਰ ਆ ਉਹ ਹੈਗੀ 24.71% ਮਤਲਬ 25% ਤੋਂ ਦੀ ਆਮਦਨ ਵਧਨ ਦੀ ਦਰ ਆ ਪਰ ਉਹਦਾ ਜਿਹੜਾ ਲੋਨ ਵਧਨ ਦੀ ਦਰ ਆ ਉਹ 85% ਆ ਆਮਦਨ ਵਧਨ ਦੀ ਦਰ ਔਰ ਲੋਨ ਵਧਨ ਦੀ ਦਰ ਦੇ ਵਿਚਾਲੇ ਜਿਹੜਾ ਪਾੜਾ ਹੈ ਉਹ ਹੈ 60.29 ਮਤਲਬ 66% ਦੀ 66% ਦੀ ਇਹ ਬਿਹਾਰ ਇੱਕ ਨੰਬਰ ਤੇ ਆ ਪਰਸਨਲ ਲੋਨ ਦੇ ਮਾਮਲੇ 'ਚ ਦੂਏ ਨੰਬਰ ਤੇ ਅਸੀਂ ਪੰਜਾਬ ਵਾਲੇ ਆਣੇ ਸਾਡੀ ਆਮਦਨ ਵਧਣ ਦੀ ਦਰ ਹੈ 16% ਤੇ ਸਾਡੇ ਲੋਨ ਵਧਣ ਦੀ ਦਰ ਹੈ 60% ਤੇ ਇਹ ਦੋਵਾਂ ਦੇ ਵਿਚਾਲੇ ਪਾੜਾ ਹੈ 42% ਤੋਂ ਵੱਧ ਜੀ ਹਾਂ ਸਾਡੀ ਜਿਹੜੀ ਆਮਦਨ ਵਧਣ ਦੀ ਦਰ ਹੈ ਉਹ 15.92% ਮਤਲਬ ਲਗਭਗ 16% ਹੈ ਤੇ ਸਾਡੀ ਜਿਹੜੀ ਲੋਨ ਵਧਣ ਦੀ ਦਰ ਹੈ ਪਰਸਨਲ ਲੋਨ ਦੀ ਗੱਲ ਕਰ ਰਿਹਾ ਮੈਂ ਇਹ 58.70% ਹੈ ਮਤਲਬ ਇਹ ਪ੍ਰਤੀ ਵਿਅਕਤੀ ਦੀ ਹਵਾਲੇ ਨਾਲ ਹੈ ਪ੍ਰਤੀ ਵਿਅਕਤੀ ਆਮਦਨ ਸਾਡੀ ਵੱਧ ਰਹੀ ਹੈ 16% ਦੇ ਪ੍ਰਤੀ ਵਿਅਕਤੀ ਪਰਸਨਲ ਲੋਨ ਵਧ ਰਿਹਾ 58.67% ਤੇ ਜਿਹੜਾ ਪਾੜਾ ਇਹਨਾਂ ਦੋਆਂ ਦੇ ਵਿਚਾਲੇ ਉਹ 42.75% ਦੀ ਹੈ ਇਹ ਤੋਂ ਬਾਅਦ ਫਿਰ ਝਾਰਖੰਡ ਆ ਜਾਂਦਾ ਹੈ ਇਹ ਤੋਂ ਬਾਅਦ ਹਰਿਆਣਾ ਆ ਜਾਂਦਾ ਹੈ ਉਹਦੀ ਆਮਦਨ ਵਧ ਰਹੀ ਹੈ 25% ਤੇ ਉਹਦਾ ਲੋਨ ਵਧ ਰਿਹਾ 76% ਪਾੜਾ ਹੈਗਾ 38% ਇਹ ਤੋਂ ਬਾਅਦ ਯੂਪੀ ਆ ਜਾਂਦਾ ਹੈ ਇਹ ਤੋਂ ਬਾਅਦ ਗੁਜਰਾਤ ਆ ਜਾਂਦਾ ਹੈ ਰਾਜਸਥਾਨ ਆ ਜਾਂਦਾ ਹੈ ਮੱਧ ਪ੍ਰਦੇਸ਼ ਆ ਜਾਂਦਾ ਹੈ ਬੇਸ਼ੱਕ ਅਮੀਰ ਸੂਬਾ ਮਹਾਰਾਸ਼ਟਰ ਮੰਨਿਆ ਜਾਂਦਾ ਹੈ ਪਰ ਪਰਸਨਲ ਲੋਨ ਦੀ ਬਕਾਇਆ ਰਾਸ਼ੀ ਮੋੜਨ ਦੇ ਵਿੱਚ ਸਭ ਤੋਂ ਨਲਾਇਕ ਆਹੋ ਪਰ ਜਦੋਂ ਅਸੀਂ ਇਹ ਸਵਾਲ ਇਹਨਾਂ ਦੇਖਦੇ ਆ ਕਿ ਪਰਸਨਲ ਲੋਨ ਦੇ ਵਿੱਚ ਜੇਕਰ ਸਭ ਤੋਂ ਵੱਧ ਮੁਰਲੇ ਸੂਬੇ ਨੇ ਤਾਂ ਨੰਬਰ 1 ਤੇ ਬਿਹਾਰ ਨੰਬਰ 2 ਤੇ ਪੰਜਾਬ ਜਨਸੰਖਿਆ ਦੇ ਮਾਮਲੇ 'ਚ ਬਿਹਾਰ ਰੋਰ ਸਾਡਾ ਖਾਸਾ ਪੜਾ ਉਹਦੇ باوجود ਵੀ ਅਸੀਂ ਦੇਖ ਚ ਦੂਏ ਨੰਬਰ ਤੇ ਆ ਪਰ ਕੱਲਾ ਇਹੀ ਮਸਲਾ ਨਹੀਂ ਹੈਗਾ ਕਿ ਅਸੀਂ ਪਰਸਨਲ ਲੋਨ ਲਿਆ ਤੇ ਸਮੇ ਸਿਰ ਨਹੀਂ ਮੋੜਿਆ ਜਾਂ ਡਫਾਲਟਰ ਹੋਏ ਜਾਂ ਮੋੜਤਾ ਕਿਉਂਕਿ ਪਰਸਨਲ ਲੋਨ ਜੇ ਲੈਣਾ ਆਸਾਨ ਹੈ ਤਾਂ ਇਹਦਾ ਇੱਕ ਲੁਕਮਾ ਪਹਿਲੂ ਇਹ ਵੀ ਹੈ ਕਿ ਪਰ ਵਿਆਜ ਦਰ ਬਹੁਤ ਜ਼ਿਆਦਾ ਹੈ ਜਿਹੜੀ ਵਿਆਜ ਦਰ ਕਾਰ ਲੋਨ ਤੇ ਘੱਟ ਆ ਜਿਹੜੀ ਵਿਆਜ ਦਰ ਮਕਾਨ ਲੋਨ ਤੇ ਘੱਟ ਆ ਜਿਹੜੀ ਵਿਆਜ ਦਰ ਹੋਰ ਕਿਸੇ ਤਰ੍ਹਾਂ ਦਾ ਕਾਰੋਬਾਰੀ ਜਾਂ ਕੋਈ ਹੋਰ ਲੋਨ ਲੈਣ ਤੇ ਘੱਟ ਆ ਉਹ ਪਰਸਨਲ ਲੋਨ ਤੇ ਬਹੁਤ ਜ਼ਿਆਦਾ ਹੈ ਬਸ ਸਾਨੂੰ ਸਿਰ ਪਈ ਆ ਕਿ ਬੈਂਕ ਚ ਫਲਾਣਾ ਬੰਦਾ ਮੈਨੂੰ ਜਾਣਦਾ ਜਾਂ ਬੈਂਕ ਵਾਲਿਆਂ ਦਾ ਮੈਨੂੰ ਫੋਨ ਆ ਗਿਆ ਮੇਰੇ ਖਾਤੇ ਤੇ ਸਕੀਮ ਆ ਗਈ ਮੇਰੇ ਨੰਬਰ ਤੇ ਸਕੀਮ ਆ ਗਈ ਐਹੀ ਮਿਲਦਾ ਬਿਨਾ ਕਾਗਜ਼ਾਂ ਤੋਂ ਅਸੀਂ ਲੈ ਲੈਨੇ ਆ ਕਿ ਬਿਨ ਲੋੜ ਤੋਂ ਬਿਨਾ ਵੀ ਲੈ ਲੈਨੇ ਆ ਤੇ ਫਿਰ ਉਹਦਾ ਖਮਿਆਜ਼ਾ ਵੀ ਪੁਕਤਦੇ ਪਰ ਇਹ ਮਸਲਾ ਕੱਲਾ ਪਰਸਨਲ ਲੋਨ ਦਰ ਵਧਣ ਦਾ ਜਾਂ ਪੰਜਾਬ ਦਾ ਮੋਰੀ ਹੋਣ ਦਾ ਨਹੀਂ ਹੈ ਇਹ ਅੰਕੜੇ ਇੱਕ ਹੋਰ ਗੱਲ ਵੱਲ ਇਸ਼ਾਰਾ ਕਰਦੇ ਨੇ ਜਿਹੜੀ ਬਹੁਤ ਫਿਕਰਮੰਦੀ ਵਾਲੀ ਆ ਉਹ ਪਹਿਲੂ ਇਹ ਆ ਕਿ ਪੰਜਾਬ ਚ ਪ੍ਰਤੀ ਵਿਅਕਤੀ ਆਮਦਨ ਦਰ ਵਧਣ ਦੀ ਦਰ ਪ੍ਰਤੀ ਵਿਅਕਤੀ ਦੀ ਆਮਦਨ ਦੇ ਵਿੱਚ ਵਾਧਾ ਬਾਕੀ ਸੂਬੇ ਜਿਨ੍ਹਾਂ ਨੂੰ ਅਸੀਂ ਬਿਹਾਰ, ਯੂਪੀ, ਝਾਰਖੰਡ ਇਹਨਾਂ ਸੂਬਿਆਂ ਨੂੰ ਜਿਨ੍ਹਾਂ ਨੂੰ ਅਸੀਂ ਪਿਛੜੇ ਸੂਬੇ ਮੰਨਦੇ ਹਾਂ, ਗਰੀਬ ਸੂਬੇ ਮੰਨਦੇ ਹਾਂ, ਉਹਨਾਂ ਦੇ ਮੁਕਾਬਲੇ ਸਾਡੀ ਪ੍ਰਤੀ ਵਿਅਕਤੀ ਆਮਦਨ ਵਧਣ ਦੀ ਦਰ ਕਿਤੇ ਪਿੱਛੇ ਰਹਿ ਗਈ। ਇਹਦੇ ਲਈ ਕੌਣ ਜ਼ਿੰਮੇਵਾਰ? ਇਹ ਅੰਕੜੇ 220 ਤੋਂ 223 ਦੀ ਅੱਜ ਦੀ ਸਮੇਂ ਦੇ ਹਵਾਲੇ ਤੱਕ ਨੇ। ਲੰਘੇ ਮਹੀਨੇ ਦੇ ਹਵਾਲੇ ਤੱਕ ਨੇ 220 ਤੋਂ 223 ਤੱਕ। ਤੇ ਇਸ ਲਈ ਇਹ ਦੌਰਾਨ ਸਰਕਾਰਾਂ ਦੇਖ ਲੋ ਆਈਆਂ ਗਈਆਂ ਤੇ ਪਰ ਪੰਜਾਬ ਚ ਪ੍ਰਤੀ ਵਿਅਕਤੀ ਆਮਦਨ ਦਰ ਬਾਕੀ ਸੂਬਿਆਂ ਦੇ ਮੁਕਾਬਲੇ ਪਿੱਛੇ ਰਹਿ ਗਈ ਆ ਮੈਂ ਤੁਹਾਡੇ ਮੂਰੇ ਰੱਖਦਾ ਬਿਹਾਰ ਚ ਪ੍ਰਤੀ ਵਿਅਕਤੀ ਆਮਦਨ ਵੱਧ ਰਹੀ ਆ 24.71% ਦੇ ਹਵਾਲੇ ਨਾਲ ਚਾਰਖੰਡ ਚ ਪ੍ਰਤੀ ਵਿਅਕਤੀ ਆਮਦਨ ਵੱਧ ਰਹੀ ਆ 28.4% ਪ੍ਰਤੀ ਵਿਅਕਤੀ ਆਮਦਨ ਦੇ ਦਰ ਦੇ ਹਵਾਲੇ ਨਾਲ ਹਰਿਆਣਾ ਚ ਪ੍ਰਤੀ ਵਿਅਕਤੀ ਦੀ ਆਮਦਨ ਦਰ ਵੱਧ ਰਹੀ ਆ 25.71 25.57% ਦੀ ਲਗਭਗ 25.5% ਦੇ ਹਵਾਲੇ ਨਾਲ ਜੂਪੀ ਚ 35.2% ਦੇ ਹਵਾਲੇ ਨਾਲ ਪ੍ਰਤੀ ਵਿਅਕਤੀ ਆਮਦਨ ਵਧ ਰਹੀ ਆ। ਗੁਜਰਾਤ ਚ 32.81% ਦੇ ਹਵਾਲੇ ਨਾਲ ਆਮਦਨ ਦਰ ਵਧ ਰਹੀ ਆ ਪ੍ਰਤੀ ਵਿਅਕਤੀ ਦੀ। ਰਾਜਸਥਾਨ ਚ ਵੀ 34.68 ਤੇ ਮੱਧ ਪ੍ਰਦੇਸ਼ ਵੀ 34.2 ਤੁਸੀਂ ਇੱਥੋਂ ਹਿਸਾਬ ਲਾ ਲਓ। ਕੋਈ 24.71 ਬਿਹਾਰ ਵਰਗਾ ਸੂਬਾ, ਝਾਰਖੰਡ ਵਰਗਾ ਸੂਬਾ 28% ਦੀ ਦਰ ਨਾਲ ਵਧ ਰਹੀ ਆ ਪ੍ਰਤੀ ਵਿਅਕਤੀ ਆਮਦਨ। ਹਰਿਆਣਾ ਦੀ 25% ਤੋਂ ਉੱਪਰ ਵਧ ਰਹੀ ਆ। ਹੈਨਾ ਯੂਪੀ ਦੀ ਵੀ 35 ਤੋਂ ਉੱਪਰ ਆ ਗੁਜਰਾਤ ਦੀ 32 ਤੋਂ ਉੱਪਰ ਆ ਰਾਜਸਥਾਨ ਦੀ 34% ਤੋਂ ਉੱਪਰ ਆ ਮੱਧ ਪ੍ਰਦੇਸ਼ ਦੀ 34% ਤੋਂ ਉੱਪਰ ਆ ਤੇ ਪੰਜਾਬ ਦੀ 20% ਤੇ ਵੀ ਨਹੀਂ ਗਈ 16 ਵੀ ਪੂਰੀ ਨਹੀਂ 15.92% ਪ੍ਰਤੀ ਵਿਅਕਤੀ ਦਾ ਦੇ ਆਮਦਨ ਦੇ ਹਵਾਲੇ ਨਾਲ ਸਾਡੀ ਪ੍ਰਤੀ ਵਿਅਕਤੀ ਆਮਦਨ ਵਧ ਰਹੀ ਆ ਤੋਂ ਪ੍ਰਤੀ ਵਿਅਕਤੀ ਆਮਦਨ ਵਧਣ ਦੀ ਦਰ ਦੇ ਵਿੱਚ ਅਸੀਂ ਕਿੱਥੇ ਪਿੱਛੇ ਰਹਿ ਗਏ ਸਮੇ ਸਮੇਂ ਦੀਆਂ ਸਰਕਾਰਾਂ ਕੈਪਟਨ ਸਰਕਾਰ ਕਹਿੰਦੀ ਸੀ ਆਉਂਦੇ ਹੀ ਰੋਜ਼ਗਾਰ ਹਰ ਮਹੀਨੇ ਰੋਜ਼ਗਾਰ ਹਰ ਘਰ ਰੋਜ਼ਗਾਰ ਕਾਗਜੇ ਭਰਾਏ ਫਾਰਮ ਭਰਾਏ ਕਰ ਕਰ ਰੋਜ਼ਗਾਰ ਨਹੀਂ ਮਿਲਿਆ ਕੇਜਰੀਵਾਲ ਜੀ ਟੈਂਕੀਆਂ ਤੋਂ ਲਾ ਲਿਆ ਭੈਣ ਕਹਿ ਕੇ ਕਹਿ ਕੇ ਹੈ ਧਰਨਿਆਂ ਚ ਜਾ ਜਾ ਕੇ ਕਿਉਂਦੇ ਹੀ ਸਾਰੇ ਪੱਕੇ ਤੇ ਡਾਂਗਾ ਪੈ ਰੀਆਂ ਪੱਕੀਆਂ ਡਾਂਗਾ ਉਹਨਾਂ ਦੇ ਧਰਨੇ ਚੱਲ ਰਹੇ ਨੇ ਸੰਗਰੂਰ ਚ ਧਰਨਾ ਸੀ ਹਾਲ ਚ ਹੈ ਬਾਕੀ ਥਾਂਾਂ ਤੇ ਧਰਨੇ ਨੇ ਸੋ ਅਧਿਆਪਕ ਕੱਚੇ ਮੁਲਾਜ਼ਮ ਤੇ ਇੱਧਰ ਨਿਯੁਕਤੀ ਪੱਤਰ ਵੰਡ ਤੇ ਸਟੇਸ਼ਨ ਦਿੱਤੀ ਨਹੀਂ ਜਦੋਂ ਸਟੇਸ਼ਨ ਹੀ ਨਹੀਂ ਦੇਣਾ ਤੇ ਅਗਲੇ ਦੀ ਨੌਕਰੀ ਨਹੀਂ ਸ਼ੁਰੂ ਹੋਣੀ ਨੌਕਰੀ ਸ਼ੁਰੂ ਨਹੀਂ ਤਨਖਾਹ ਨਹੀਂ ਮਿਲਣੀ ਜਿਹੜੇ ਜਿਹੜੇ ਪਹਿਲਾਂ ਕਿਤੇ ਕੱਚੀਆਂ ਨੌਕਰੀਆਂ ਕਰਦੇ ਸੀ ਪ੍ਰਾਈਮ ਨੌਕਰੀਆਂ ਦੇ ਉਹ ਛੱਡ ਬੈਠੇ ਕਿ ਸਰਕਾਰੀ ਮਿਲ ਗਈ ਹੁਣ ਤਾਂ ਨਿਯੁਕਤੀ ਪੱਤਰ ਮਿਲ ਗਈ ਮੁੱਖ ਮੰਤਰੀ ਸਾਹਿਬ ਨਾਲ ਫੋਟੋ ਹੋ ਗਈ ਸਟੇਸ਼ਨ ਅਲਾਟਰੀ ਸਭ ਤੋਂ ਪਰਤੀ ਵਿਅਕਤੀ ਆਮਦਨ ਦੂਸਰੀ ਪਾਸੇ ਰੋਜ਼ਗਾਰ ਇਕ ਨੰਬਰ ਵਾਲੇ ਮਸਲੇ 'ਚ ਮੁੱਖ ਮੰਤਰੀ ਸਾਹਿਬ ਕਹਿ ਰਹੇ ਸੀ ਕਿ 9-9 ਲੱਖ ਜਵਾਕ ਬੈਠਿਆ ਕਰੋ ਪੇਪਰ 'ਚ ਅਸੀਂ ਹਰ ਸਾਲ 2200 ਨੂੰ ਨੌਕਰੀ ਦਿਆ ਕਰਾਂਗੇ ਪੁਲਿਸ ਵਾਲੇ ਦੀ ਗੱਲ ਕਰ ਰਹੇ ਸੀ ਪੁਲਿਸ ਵਿਭਾਗ 'ਚ ਕਿ 9 ਲੱਖ ਜੇ ਪੇਪਰ ਦੇਣਾ ਆ ਰਿਹਾ ਤਾਂ ਫਿਰ ਬੇਰਜ਼ਗਾਰੀ ਦੀ ਸਥਿਤੀ ਕੀ ਆ ਪੰਜਾਬ ਦੀ ਸੋ ਇਸ ਲਈ ਅੱਜ ਬਿਹਾਰ ਵਰਗਾ ਸੂਬਾ ਆ ਝਾਰਖੰਡ ਵਰਗਾ ਸੂਬਾ ਹੈ ਅੱਜ ਯੂਪੀ ਵਰਗਾ ਸੂਬਾ ਪ੍ਰਤੀ ਵਿਅਕਤੀ ਆਮਦਨ ਸਨੋਂ ਕਿਤੇ ਅੱਗੇ ਆ ਬਿਹਾਰ 24.71% ਦੇ ਦਰ ਨਾਲ ਵੱਧ ਰਿਹਾ ਝਾਰਖੰਡ 28% ਦੇ ਦਰ ਦੇ ਨਾਲ ਵੱਧ ਰਿਹਾ यूपी 35% 35.2% ਦੇ ਦਰ ਨਾਲ ਵੱਧ ਰਿਹਾ ਪ੍ਰਤੀ ਵਿਅਕਤੀ ਆਮਦਨ ਚ ਤੇ ਅਸੀਂ 15.92% ਤੇ ਖੜੇ ਆ ਤੇ ਸਾਡੇ ਗਵਾਂਧੀ ਸੂਬੇ ਦੀ ਜ਼ਿਕਰ ਮੈਂ ਗੱਲ ਕਰਾਂ ਹਰਿਆਣਾ 25.57% ਦਰ ਨਾਲ ਵੱਧ ਰਿਹਾ ਸੋ ਇਹਮ ਪਹਿਲੂ ਹੈ ਜਨਾਬ ਕਿ ਅਸੀਂ ਪ੍ਰਤੀ ਵਿਅਕਤੀ ਆਮਦਨ ਦੇ ਦਰ ਦੇ ਹਾਲ ਨਾਲ ਕਿਤੇ ਪਿਛੇ ਰਹਿ ਗਏ ਸੋ ਇੱਕ ਪਾਸੇ ਪਰਸਨਲ ਲੋਨ ਲੈਣ ਚ ਅਸੀਂ ਮੋਰੀ ਹੋ ਰਹੇ ਆ ਦੂਸਰੇ ਪਾਸੇ ਪ੍ਰਤੀਬਕਤੀ ਆਮਦਨ ਦਰ ਵਧਨ ਦੇ ਹਵਾਲੇ ਨਾਲ ਅਸੀਂ ਪਛੜਦੇ ਜਾ ਰਹੇ ਹਾਂ ਫਾੜੀ ਸਾਬ ਤੋਰਿਆ ਇਹ ਪੰਜਾਬ ਦੇ ਲਈ ਅਹਿਮ ਪਹਿਲੂ ਹੈ ਇਸ ਪਹਿਲੂ ਤੇ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਸਾਡੀਆਂ ਸੰਸਥਾਵਾਂ ਨੂੰ ਵਿਭਾਗਾਂ ਨੂੰ ਗੌਰ ਕਰਨ ਦੀ ਲੋੜ ਹੈ ਨਹੀਂ ਤਾਂ ਅਸੀਂ ਹੋਰ ਪਛੜ ਸਕਦੇ ਹਾਂ ਚਲੋ ਜਾਂਦੇ ਜਾਂਦੇ ਇੱਕ ਹੋਰ ਗੌਰ ਕਰੀਏ ਕਹਿੰਦੇ ਪੰਚਾਇਤ ਚਾਵੇ ਤਾਂ ਆਪਣੇ ਪਿੰਡ ਦੀ ਹੱਦ ਚੋਂ ਆਪਣੇ ਪਿੰਡ ਦੀ ਫਿਰਨੀ ਦੇ ਧਾਰੇ ਚੋਂ ਠੇਕਾ ਚਕਾ ਸਕਦੀ ਹੈ ਜੀ ਹਾਂ ਬੈਸੀ ਤਾਂ ਸਰਕਾਰਾਂ ਤਾਂ ਠੇਕੇ ਨੂੰ ਨਸ਼ਿਆਂ 'ਚ ਨਹੀਂ ਮੰਨਦੀਆਂ ਸਰਕਾਰਾਂ ਦੀ ਸ਼ਹਿ ਹੇਟ ਨੱਕ ਥਲੇ ਦਾ ਪੰਜਾਬ 'ਚ ਚਿੱਟਾ ਵਿਕੀ ਜਾਂਦਾ ਸ਼ਰਾਬ ਇਹਨਾਂ ਲਈ ਕੀ ਚੀਜ਼ ਆ ਨਕਲੀ ਵਿਕੇ ਅਸਲੀ ਵਿਕੇ ਠੇਕੇ ਤਾਂ ਫਿਰ ਅਗਲੇ ਇਲਾਟੇ ਕਰਦੇ ਕਹਿੰਦੇ ਸਰਕਾਰ ਨੂੰ ਆਮਦਨ ਠੇਕਿਆਂ ਤੋਂ ਹੁੰਦੀ ਆ ਪਰ ਪਿੰਡਾਂ ਦੇ ਵਿੱਚ ਕਈ ਵਾਰ ਮਤੇ ਪੈਂਦੇ ਆ ਤੇ ਮਤਾ ਇਹ ਆ ਕਿ ਜੇਕਰ ਪੰਚਾਇਤ ਚਾਵੇ ਕਿ ਮੇਰੇ ਪਿੰਡ ਦੀ ਇਸ ਹੱਦ ਦੇ ਵਿੱਚ ਠੇਕਾ ਨਹੀਂ ਚਾਹੀਦਾ ਤਾਂ ਕਹਿੰਦੇ ਜੀ ਉਸ ਸਰਕਾਰ ਨੂੰ ਠੇਕਾ ਚੱਕਣਾ ਪੈਂਦਾ ਤੇ ਇੱਕ ਵਾਰ ਇਹ ਮਹਿੰਮ ਵੀ ਚੱਲੀ ਕਿ ਪਿੰਡ ਪਿੰਡ ਜੇਕਰ ਮਤੇ ਪਹ ਜਾਣ ਤੇ ਇਸ ਪਿੰਡ ਦੀ ਹੱਦ ਤੋਂ ਬਾਅਦ ਅਗਲੇ ਪਿੰਡ ਦੀ ਹੱਦ ਸ਼ੁਰੂ ਹੁੰਦੀ ਹੈ ਜੇ ਅਗਲਾ ਪਿੰਡ ਵੀ ਮਤਾ ਪਾ ਲਵੇ ਤਾਂ ਠੇਕਾ ਉਹ ਤੋਂ ਵੀ ਵਾਰ ਉਹ ਤੋਂ ਅਗਲਾ ਪਿੰਡ ਪਾਲਵੇ ਦਾ ਠੇਕਾ ਉਹ ਤੋਂ ਵੀ ਵਾਰ ਪੰਜਾਬ ਚੋਂ ਠੇਕੇ ਮੁੱਕ ਸਕਦੇ ਆ ਜੀ ਪਰ ਆ ਇੱਕ ਅੰਕੜੇ ਇੱਕ ਖਬਰ ਗਵਾਹੀ ਭਰਦੀ ਆ ਕਿ ਕਿੰਨੀ ਸਥਿਤੀ ਖੜੀ ਆ ਪੰਜਾਬ ਚ ਠੇਕੇ ਬੰਦ ਕਰਨ ਦੇ ਲਈ ਪਿੰਡਾਂ ਚ ਮਤੇ ਪਏ ਪਰ ਠੇਕੇ ਚੱਕ ਨਹੀਂ ਹੋਏ ਜੀ ਹਾਂ ਕਾਗਜ਼ਾਂ ਚ ਰਹਿ ਜਾਂਦੇ ਨੇ ਮਤੇ ਫਾਈਲਾਂ ਚ ਦੱਬ ਕੇ ਰਹਿ ਜਾਂਦੇ ਨੇ ਮਤੇ ਕਿਤੇ ਪ੍ਰਵਾਨ ਹੀ ਨਹੀਂ ਹੁੰਦੇ ਪੰਜਾਬ ਦੇ ਵਿੱਚ ਪਿਛਲੇ 12 ਸਾਲਾਂ ਚ 422 ਮਤੇ ਪਏ 12 ਸਾਲਾਂ ਚ 422 ਮਤੇ ਪਏ ਠੇਕੇ ਬੰਦ 170 ਵੀ ਨਹੀਂ ਹੋਏ 169 ਠੇਕੇ ਚੱਕ ਹੋਏ ਕਹਿੰਦੇ ਜੀ ਕੁਝ ਕਾਨੂੰਨੀ ਪਹਿਲੂ ਆ ਜਾਂਦੇ ਨੇ ਹੈ ਕਿਤੇ ਰਾਜਨੀਤਿਕ ਵਿਰੋਧ ਆ ਜਾਂਦਾ ਆਪਸ ਚ ਹੈਨਾ ਕਿਤੇ ਕਹਿੰਦੇ ਜਿਆਦਾਤਰ ਮਤੇ ਆਉਂਦੇ ਨੇ ਜਦੋਂ ਠੇਕਾ ਰੱਖ ਹੋ ਜਾਂਦਾ ਤੇ ਇਧਰ ਠੇਕੇ ਵਾਲੀ ਤੇ ਸਰਕਾਰੀ ਤਰ ਸ਼ਰਾਬ ਦਾ ਠੇਕਾ ਖੋਖਾ ਰੱਖਣ ਦੇ ਤਰ ਕਹਿੰਦੀ ਹੈ ਨਹੀਂ ਜੀ ਅਸੀਂ ਤਾਂ ਕਾਨੂੰਨ ਦੀ ਪਾਲਣਾ ਕੀਤੀ ਆ ਆ ਸਕੂਲ ਤੋਂ ਵੀ ਦੂਰ ਹੈ ਜੀ ਗੁਰਦੁਆਰਾ ਮੰਦਿਰ ਤੋਂ ਵੀ ਦੂਰ ਹੈ ਜੀ ਇਹ ਪਿੰਡ ਦੇ ਬਾਹਰਲੇ ਪਾਸੇ ਆ ਜੀ ਅਸੀਂ ਕੋਈ ਇਸਤਿਹਾਰ ਨਾ ਜਦ ਕਿ ਸਭ ਤੋਂ ਵੱਧ ਜੇਕਰ ਅੱਜਕਲ ਕੋਈ ਚਮਕਦੀ ਚੀਜ਼ ਹੁੰਦੀ ਆ ਤਾਂ ਸ਼ਰਾਬ ਦਾ ਠੇਕਾ ਹੁੰਦੀ ਹੈ ਤੇ ਆ 2112 13 ਤੋਂ ਲੈ ਕੇ 223 ਤੱਕ ਦੇ ਹਵਾਲੇ ਨਾਲ ਇਹਨਾਂ 12 ਸਾਲਾਂ ਚ ਨੌ ਜ਼ਿਲ੍ਹਿਆਂ ਦੀਆਂ ਪੰਚਾਇਤਾਂ ਨੇ 422 ਮਤੇ ਪਾਏ ਤੇ ਜ਼ਿਆਦਾਤਰ ਮਤੇ ਇਹ ਮਾਲਵੇ ਚੋਂ ਆਏ ਨੇ ਜੀ ਬਹੁ ਗਿਣਤੀ ਮਤੇ ਇਹ ਮਾਲਵਾ ਖੇਤਰ ਨਾਲ ਸੰਬੰਧਿਤ ਨੇ ਤੇ ਉਹਨਾਂ ਮਤਿਆਂ ਦੇ ਉੱਤੇ ਗੌਰ ਕਿੰਨਾ ਖੋਇਆ ਕਿ 422 ਚੋਂ ਸਿਰਫ 61 ਠੇਕੇ ਹੀ ਬੰਦ ਹੋਏ ਨੇ ਇੱਥੋਂ ਅੰਦਾਜ਼ਾ ਲਾ ਲਓ ਕਿ ਸਰਕਾਰਾਂ ਕਿੰਨੀਆਂ ਕਰ ਸਿਰਫ 2012-13 ਜੀ ਜਦੋਂ 6 ਮਤੇ ਪਏ ਤੇ 6 ਦੇ 6 ਠੇਕੇ ਬੰਦ ਹੋ ਗਏ ਜਾਂ ਫਿਰ ਸਭ ਤੋਂ ਵੱਧ ਜੇਕਰ ਠੇਕੇ ਬੰਦ ਹੋਣ ਦੀ ਵਾਰੀ ਹੈ ਤਾਂ ਉਹ 43 ਠੇਕੇ ਨੇ ਜਿਹੜੇ 2016-17 ਚ ਬੰਦ ਹੋਏ ਮਤੇ ਪਏ ਸੀ 81 2016-17 ਚ ਤੇ ਠੇਕੇ ਬੰਦ ਹੋਏ 43 ਜਦੋਂ ਕਿ ਸਭ ਤੋਂ ਵੱਧ ਮਤੇ ਜੇਕਰ ਪਏ ਨੇ ਤਾਂ 2014-15 ਚ ਪਏ ਨੇ 90 ਮਤੇ ਪਏ ਨੇ ਪਰ ਮਾਤਰ 17 ਠੇਕੇ ਉਸ ਹਾਲਚ ਬੰਦ ਹੋਏ ਨੇ ਹਲੋ ਮੇਰੇ ਕੋਲ ਅੰਕੜੇ ਪਏ ਨੇ 2012-13 ਚ 6 ਮਥੇ ਪਏ 6 ਦੇ 6 ਠੇਕੇ ਬੰਦ ਹੋਏ 2013-14 ਦੇ ਵਿੱਚ 47 ਮਥੇ ਪਏ 4 ਠੇਕੇ ਹੀ ਬੰਦ ਹੋਏ 2014-15 ਚ 90 ਮਥੇ ਪਏ 17 ਠੇਕੇ ਬੰਦ ਹੋਏ 2015-16 ਚ 65 ਮਥੇ ਪਏ 33 ਠੇਕੇ ਬੰਦ ਹੁੰਦੇ ਨੇ ਸੋ ਐਂ ਫਿਰ 16-17 ਚ 81 ਮਥੇ ਪਏ 43 ਠੇਕੇ ਬੰਦ ਹੋਏ ਸਭ ਤੋਂ ਬਾਅਦ ਫਿਰ 17-18 ਚ 47 ਮਥੇ ਪਏ ਐ 39 ਠੇਕੇ ਬੰਦ ਹੋਏ ਕਾਫੀ ਮਾਤਰਾ ਬਣਦੀ ਆ 47 ਚ 39 ਫਿਰ 2018-19 ਚ 349 ਮਤੇ ਪਏ ਮਾਤਰ 12 ਠੇਕੇ ਬੰਦ ਹੋਏ ਫਿਰ 2019 ਵਿੱਚ 13 ਮਤੇ ਪਏ ਸਿਰਫ 4 ਠੇਕੇ ਚੱਕ ਹੋਏ ਫਿਰ 2021 ਦੇ ਵਿੱਚ 21 ਮਤੇ ਪਏ 8 ਠੇਕੇ ਚੱਕ ਹੋਏ ਫਿਰ 2122 ਦੇ ਵਿੱਚ 6 ਮਤੇ ਪਏ ਕੋਈ ਠੇਕਾ ਵੀ ਬੰਦ ਨਹੀਂ ਹੋਇਆ ਫਿਰ 2223 ਚ 6 ਮਤੇ ਪਏ 3 ਠੇਕੇ ਹੀ ਚੱਕ ਹੋਏ ਫਿਰ 23 ਦੇ ਵਿੱਚ ਹਾਲ ਤੱਕ ਇੱਕ ਮਤਾ ਪਿਆ ਤੇ ਉਹ ਚੱਕ ਨਹੀਂ ਹੋਇਆ ਸੋ 422 ਮਤੇ 12 ਸਾਲਾਂ ਚ 9 ਜ਼ਿਲ੍ਹਿਆਂ ਦੀਆਂ ਪੰਚਾਇਤਾਂ ਵੱਲੋਂ ਤੇ ਮਾਥਰ 169 ਠੇਕੇ ਬੰਦ ਹੋਣ ਇਹ ਉਹ ਨੇ ਜਿਹੜੇ ਸਰਕਾਰੀ ਨੇ ਜਿਹੜੇ ਗੈਰ ਕਾਨੂੰਨੀ ਚੱਲਦੇ ਨੇ ਐਮ ਐਲ ਏ ਸਰਕਾਰਾਂ ਮੰਤਰੀਆਂ ਥਾਣੇਦਾਰਾਂ ਦੀ ਸ਼ਹਿਰ ਹਟ ਨਕਲੀ ਸ਼ਰਾਬ ਘਟੀਆਂ ਸ਼ਰਵਾ ਦੁਹੇ ਸੂਬਿਆਂ ਤੋਂ ਲਿਆ ਕੇ ਸ਼ਰਾਬ ਵੇਖਦਿਆ ਉਹ ਵੱਖਰੇ ਪਹਿਲੂ ਨੇ ਸੋ ਕਿੰਨੇ ਕ ਪੰਚਾਇਤਾਂ ਨੂੰ ਪੰਚਾਇਤ ਮਤਲੇ ਦਾ ਅਧਿਕਾਰ ਮਿਲਦਾ ਮਾਣ ਮਿਲਦਾ ਇਸੇ ਲਈ ਕਹਿੰਦੇ ਕਿ ਪੰਚਾਇਤੀ ਹੱਕ ਬਹਾਲ ਹੋਣੇ ਜ਼ਰੂਰੀ ਨੇ ਪੰਚਾਇਤਾਂ ਨੂੰ ਅਧਿਕਾਰ ਬਹਾਲ ਹੋਣੇ ਜ਼ਰੂਰੀ ਨੇ ਸੋ ਇਸ ਪਹਿਲੂ ਤੋਂ ਵੀ ਖਬਰ ਐਮ ਸੀ ਤੁਸੀਂ ਵੇਖਦੇ ਰਹੋਦਾ ਟੀਵੀ ਐਨ ਆਰ ਆਈ ਬਹੁਤ ਸ਼ੁਕਰੀਆ